ਸੱਜੇ ਪਾਸ਼ਾ ਦੀ ਕਿਰਪਾ ਬੜਾ ਵੱਡਾ ਖਿਡਾਰੀ ਬਣ ਗਿਆ ਖੇਡ ਵਾਲੀਬਾਲ ਦਾ ਧੰਨਵਾਦ ਜਿਹੜਾ ਖਿਡਾਰੀ ਖੱਬੇ ਪਾਸੇ ਖੇਡ ਰਿਹਾ ਹੈ ਜਸ਼ਨ ਹੈ ਚੋਬਰ ਓਏ ਬਹਾਦਰ ਗੜੀਆ ਬਹਾਦਰ ਗੜੀਆ ਨੇ ਪਹਿਲਾ ਟੱਪਾ ਪਾਤਾ ਬਈ ਵੀ ਮੁੰਡੇ ਦੇ ਪਿੰਡੇ ਜਨਾ ਜੋਰ ਹੈ ਵੱਡੇ ਵੱਡੇ ਡਿਫੈਂਸਰਾਂ ਦੇ ਬਾਲਾਂ ਲਾਉਣ ਦਾ ਇਹ ਜਿਗਰਾ ਰੱਖਦਾ ਹੈ ਵੀ ਜਿਗਰਾ ਦਲੇਰ ਪੂਰੀ ਬਾਬੇ ਦੀ ਆ ਦੇਰ ਤੇ ਸ਼ੀੜੀ ਵਾ ਦੇਵੇ ਥਾਪੀ ਓ ਤਾਪੂ ਆਖਦਾ ਹੈ ਸ਼ੇਰ ਸੁੱਖੀ ਲੋਪੋ ਲਿਖੇ ਸਾਡੀ ਜਾਨ ਵਾਲੇ ਕਿੱਸੇ ਤੇ ਪਾਣੀ ਪੱਗ ਦੇ ਪਿਛਾਂ ਵੱਲ ਮੋੜ ਦਿੰਦੇ ਆ ਓ ਮਿੱਤਰਾਂ ਦੀ ਹਿੰਡ ਵੀਲ ਦੇਣ ਵਰਗੀ ਹੈ ਦੰਦੇ ਪੱਕੀਆਂ ਗਰਾਰੀਆਂ ਦੇ ਢੋਰ ਦਿੰਦੇ ਆ ਮਿੱਤਰਾਂ ਦੀ ਹਿੰਡ ਵੀਲ ਦੇਣ ਵਰਗੀ ਹੈ ਦੰਦੇ ਪੱਕੀਆਂ ਓ ਗਰਾਰੀਆਂ ਦੇ ਢੋਰ ਦਿੰਦੇ ਆ ਨਾਲਾ ਮੁੰਡਾ ਮੱਖਣਾ ਬੜਾ ਤੇਜ਼ ਤਰਾਰ ਖਿਡਾਰੀ ਹੈ ਖੇਡ ਵਾਲੀਬਾਲ ਦਾ ਜਿਹੜਾ ਨੈਟ ਤੇ ਖੇਡਦਾ ਇਹਨੂੰ ਤਾਊ ਕਹਿੰਦੇ ਸਾਰੇ ਪਰ ਆ ਮੁੰਡਾ ਕਹਿੰਦੇ ਢਾਬਾ ਵਾਲਾ ਖੇਡੂਆ ਜਿਹੜਾ ਹੁਣ ਤਗੜਾ ਪੁਆਇੰਟ ਜੋੜ ਕੇ ਆਪਣੀ ਟੀਮ ਦੇ ਲਈ ਹਾਲੇ ਸ਼ੁਰੂਆਤ ਹੋਈ ਆ ਭਾਈ ਕਾਲੇ ਵੀਰ ਇੱਕ ਵਾਰੀ ਪੁਆਇੰਟ ਦੱਸੀ 0-1 ਹੈ ਕਿੱਧਰ ਗਏ ਕਮੈਂਟਰੀ ਵਾਲੇ ਦੋ ਹੀ ਆਪਣੇ ਬਾਈ ਉਹ ਬੈਠੇ ਆ 0-2 0-2 ਇੱਕ ਜਣਾ ਉਰੇ ਆ ਜਾਓ ਦਲਸ਼ਾਹ ਭੇਜ ਦੀ ਗਰਲਾਲ ਨੂੰ ਆ ਗਿਆ ਗਰਲਾਲ ਆਊਗਾ ਜੀ ਮੇਰੇ ਕੋਲ ਤੇ ਤਾਰ ਵਾਲਾ ਮੈਚ ਦੱਸੋਨੇ ਵੀਰ ਜੇ ਤਾਰ ਰਵੀ ਮੈਂ ਜਿੱਤ ਗਿਆ ਜਿਹੜੇ ਰੈਸਟੋਰੈਂਟ ਚ ਕਹੂਗਾ ਪਾਰਟੀ ਤੇਜਿੰਦਰ ਮਹਿਲ ਖੁਰਦ ਕੈਨੇਡਾ ਜਾਣਾ ਉਧਰ ਤੇਜਿੰਦਰ ਆ ਭਰਾ ਸਾਡਾ ਆਸਟ੍ਰੇਲੀਆ ਵਾਲਾ ਉਹ ਵੀਰ ਕਹਿੰਦਾ ਵੀ ਜੇ ਚੱਲਦਾ ਹੋਇਆ ਮੈਚ ਬਹਾਦਰਗੜੀ ਔਰ ਰਵੀ ਜਿੱਤ ਜਾਵੇ ਵੀ ਜਿਹੜੇ ਵੀ ਰੈਸਟੋਰੈਂਟ ਦੇ ਵਿੱਚ ਕਹੇਗਾ ਉਸ ਰੈਸਟੋਰੈਂਟ ਦੇ ਵਿੱਚ ਪਾਰਟੀ ਕਰ ਦੇਣੀ ਹੈ ਲਓ ਇਧਰ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਹੈ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ ਖੇਡਦੇ ਗਰਾਊਂਡ ਦੀ ਅੰਗਾਂ ਚ ਓਏ ਬਾਲ ਓਏ ਕਾਲੇ ਕਾਲਾ ਫੱਟਾ ਕਾਲਾ ਨੌਜਵਾਨ ਖਿਡਾਰੀ ਮੇਰੇ ਮਿੱਤਰੋ ਕਾਲਾ ਪੂਰਾ ਫੱਟਾ ਬਈ ਨਰੇਸ਼ ਆ ਚੰਡੀਗੜ੍ਹ ਪੁਲਿਸ ਜੀ ਅੱਜ ਰਵੀ ਫਸਟ ਆਉਂਦਾ ਜਿੱਥੇ ਵੀ ਕਹੂਗਾ ਚੰਡੀਗੜ੍ਹ ਚ ਉੱਥੇ ਹੀ ਟੀਮਾਂ ਵੀਰੇ ਕੈਮਰੇ ਸਾਹਮਣੇ ਮਾਰੇਗਾ ਦੂਜੇ ਪਾਸੇ ਹਰਮਨਪੁਰ ਨਰੇਸ਼ ਆ ਭਰਾ ਸਾਡਾ ਚੰਡੀਗੜ੍ਹੀ ਹੈ ਸ਼ੇਰੂ ਤੇ ਰਵੀ ਦੀ ਟੱਕਰ ਵੀਰ ਕਹਿੰਦਾ ਵੀ ਜੇ ਅੱਗੇ ਬਹਾਦਰਗੜ੍ਹੀ ਰਵੀ ਫਸਟ ਆਉਣਾ ਹੈ ਔਰ ਚੰਡੀਗੜ੍ਹ ਦੇ ਜਿਹੜੇ ਵੀ ਰੈਸਟੋਰੈਂਟ ਦੇ ਵਿੱਚ ਕਹੇਗਾ ਵੀ ਆਪਾਂ ਉੱਥੇ ਪਾਰਟੀ ਕਰ ਦੇਣੀ ਹੈ ਲਾਓ ਸਾਹਮਣੇ ਮੇਰੇ ਮਿੱਤਰੋ ਪਿਆਰ ਬੜਾ ਮੁੰਡੇ ਦਾ ਇਹ ਗੱਲ ਜਿਹੜੀ ਪੱਕੀ ਹੈ ਬੜੀ ਨਿਮਰਤਾ ਹੈ ਖਿਡਾਰੀ ਦੇ ਵਿੱਚ ਬਹੁਤ ਪਿਆਰ ਤੇ ਸਤਿਕਾਰ ਵਾਲਾ ਖਿਡਾਰੀ ਹੈ ਔਰ ਦੌਰ ਚੱਲਦਾ ਮੁੰਡੇ ਦਾ ਬਾਕੀ ਬਾਬੇ ਨਾਨਕ ਦੀ ਕਿਰਪਾ ਖਿਡਾਰੀ ਹੁਣ ਕਰਖਾ ਕੋਈ ਵੱਖਰੀ ਨੀ ਹੈ ਗੱਲ ਮੱਖਣਾ ਇਹ ਕਹਿੰਦੇ ਮੱਖਣ ਹੈ ਚੋਬਰ ਬਲਾਡੇ ਵਾਲੇ ਪਿੰਡ ਦੇ ਲੰਬੂ ਨੂੰ ਆਪਣਾ ਉਸਤਾਦ ਮੰਨਦੇ ਇਹ ਚੋਬਰ ਆ ਜੱਸੀ ਆ ਚੋਬਰ ਨੇ ਕਹਿੰਦੇ ਕਈ ਮੇਲੇ ਜਿੱਤ ਕੇ ਤੇ ਬੱਲੇ ਬੱਲੇ ਕਰਵਾਈ ਹੋਈ ਹੈ ਟੀਮਾਂ ਦੋਨੋਂ ਤਗੜੀਆਂ ਨੇ ਪਰ ਜਿੱਤੂਗਾ ਕੌਣ ਅੱਜ ਦੇ ਵੱਡੇ ਕੱਪ ਨੂੰ ਇਹ ਤੇ ਹਾਲੇ ਟਾਈਮ ਲੱਗ ਜਾਵੇਗਾ ਖਿਡਾਰੀ ਵਧੀਆ ਉੱਥੇ ਜ਼ਿਆਦਾ ਵਧੀਆ ਹੈ ਔਰ ਇਹ ਸਾਰੇ ਤੁਸੀਂ ਜਾਣਦੇ ਹੋ ਕਦੇ ਕਿਸੇ ਖਿਡਾਰੀ ਦੇ ਨਾਲ ਕਦੇ ਕਿਸੇ ਰੈਫਰੀ ਦੇ ਨਾਲ ਬੜਾ ਪਿਆਰਾ ਇਨਸਾਨ ਹੈ ਜਿਹੜੇ ਜਿਹੜੇ ਰਵੀ ਨੂੰ ਪਿਆਰ ਕਰਦੇ ਇੱਕ ਵਾਰੀ ਜ਼ੋਰਦਾਰ ਪਹਿਲਾਂ ਤਾੜੀ ਮਾਰ ਦੋ ਬਹਾਦਰ ਜਿਹੜੀ ਰਵੀ ਦੇ ਲਈ ਹੈ ਮੁੰਡਾ ਪੁਆਇੰਟ ਕਈ ਜੋੜ ਗਿਆ ਆਪਣੀ ਟੀਮ ਦੇ ਲਈ ਹੈ ਅਗਲੀ ਸਰਵਿਸ ਕਰਨ ਦੇ ਲਈ ਔਰ ਚੋਬਰ ਕਹਿੰਦੇ ਤਿਆਰ ਬਰ ਤਿਆਰ ਹੈ ਫਾਈਨਲ ਮੈਚ ਹੈ ਵੀ ਮੈਚ ਫਾਈਨਲ ਦੇਖ ਲਓ ਸ਼ੁਰੂ ਹੋਣ ਲੱਗਿਆ ਤੇ ਲੱਗਿਆ ਕੱਪ ਦਾ ਫੈਸਲਾ ਹੁਣ ਦੇਖੋ ਮਾਰੀ ਹੋਈ ਹੈ ਵਿਸਲ ਵੇਖੋ ਰੈਫਰੀ ਨੇ ਤੇ ਦਰਸ਼ਕ ਲੱਗੇ ਨੇ ਤਾੜੀਆਂ ਲਾਉਣ ਵੇਖੋ ਆਓ ਦੋਨੇ ਟੀਮਾਂ ਹੀ ਲਾਉਣਗੀਆਂ ਜੋਰ ਪੂਰਾ ਮਾਰ ਲਿਆ ਹੈ ਬਾਜੀ ਹੁਣ ਕੌਣ ਵੇਖੋ ਢਾਬਾ ਵਾਲਾ ਏ ਬੱਲੇ 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 ਸਵਾਦ ਵੱਖਰਾ ਉਹ ਮਾੜਾ ਮੋਟਾ ਰੌਲਾ ਰੁਲਾ ਜਾ ਪਾਵੋ ਮੁਕਸਰ ਵਾਲਿਓ ਦੁਨੀਆਂ ਕਹਿੰਦੇ ਢੱਕੋ ਢੱਕੀ ਜੁੜੀ ਬੈਠੀ ਹੈ ਅੱਜ ਸੰਗਰਾਣੇ ਦੀ ਧਰਤੀ ਹੈ ਨੰਬਰ ਬੜਾ ਕੀਮਤੀ ਬਣ ਜਾਵੇਗਾ ਇੱਕ ਇੱਕ ਔਰ ਢਾਬਾ ਵਾਲਿਆ ਬਾਲ ਕੋਈ ਤੇਰੀ ਖਾਂਦੇ ਨੀ ਪਏ ਸੋਨਿਆ ਵੀਰਾ ਨਾਲੇ ਗਰਲਾਰ ਕੜ ਕੜ ਸੋਨਿਆ ਵੀਰਾ ਚੱਲਦੇ ਮੈਚ ਦੀ ਮੈਚ ਤਗੜਾ ਹੈ ਬਹਾਦਰਗੜ੍ਹ ਵਾਲਿਆ ਤੋਲੇ ਪੈਰੀ ਇਹਨਾਂ ਨੰਬਰ ਤੈਨੂੰ ਕੋਈ ਜੁੜਨ ਨੀ ਦੇਣਾ ਸੋਨਿਆ ਵੀਰਾ ਇਹ ਤੇ ਕਿਸੇ ਦੇ ਗਿੱਟੇ ਗੋਡੇ ਮੋਢੇ ਤੇ ਬਾਲ ਮਾਰਨੀ ਪਊ ਗੱਲ ਤੇ ਫੇਰ ਜਿਹੜੀ ਟਿਕਾਣੇ ਲੱਗ ਜਾਵੇਗੀ ਮੈਚ ਚੋਟੀ ਦਾ ਫਾਈਨਲ ਖੇਡਿਆ ਜਾ ਰਿਹਾ ਹੈ ਸਵਾਦ ਕਰ ਦਿੱਤਾ ਸੋਨਿਆ ਵੀਰਾ ਬਾਰੇ ਕਹਿੰਦੇ ਵਿਕਾਸ ਨੇ ਨੰਬਰ ਜੋੜ ਦਿੱਤਾ ਸਕੋਰ ਕੀ ਹੈ ਜੀ ਇੱਕ ਵਾਰੀ ਸਕੋਰ ਸਾਂਝਾ ਕਰੀਏ ਆਪਾਂ 0-4 0-4 ਆ ਜੀ ਓਕੇ ਜੀ ਇਧਰ 0-4 ਰਵੀ 0 ਸ਼ੇਰੂ ਵਿਕਾਸ ਦਾ ਵੀ 0-4 ਆ ਵੀਰੇ ਵੱਡੇ ਵੱਡੇ ਮੇਲੇ ਖੇਡਦੇ ਆ ਮੁੰਡੇ ਬੜੀ ਚੜ੍ਹਾਈ ਆ ਬਾਬੇ ਨਾਨਕ ਦੀ ਕਿਰਪਾ ਇਹਨਾਂ ਖਿਡਾਰੀਆਂ ਦੇ ਉੱਤੇ ਮਿਹਨਤ ਮੁੰਡਿਆਂ ਨੇ ਬਹੁਤ ਕੀਤੀ ਆ ਨੌਜਵਾਨਾਂ ਆ ਮੇਲੇ ਨੂੰ ਜਿੱਤਣ ਦੇ ਲਈ
पर अजकल काला फिर मेरे मित्रों सुर्खियां दे विच आ गया आओ बाल जी आउट आ नहीं जाना इधर नंबर पहले नंबर दे वादे जड़े ग्राउंड दे विच हो चुके हैं और नाम भी जेकर बहादुरगढ़ या रवि ढाबा वाले शुरू दे गुंडा दे बाल शेर जरूर करी चलो सारे बनावे दीप कहना साडा वीर भी आपा 1000 देवांगे कुलदीप वर्मा साडे भरा ने बहुत वड्डी जिम्मेवारी चक्की हुई है मैच भी करवाए वड्डियां जिम्मेवारियां सांभियां टूरनामेंट दियां भाई कहना भी जेकर रवि है ढाबा वाला शेरू जिहड़ा परले पासे सेंटर विच खेड रहा है ओदे टुट्टां दे बाल मार के नंबर जोड़ देवे ते 1000 दिता जाएगा मान सम्मान जेडे बड़े कर दिते जाणगे भी देण वाला दाता एवें किसे तो नहीं सड़ीदा ओदियां दित्तियां दातां दा शुकराना सदा करीदा ते सुखी लुप ओह बंदा वांदा नहीं अग्गे आओ पिछो विच ही बैठा जिहड़ा घूमी जावे चार ते छड्डीए ना दिल मिल जांदी है तरक्की जे मिल जे तरक्की ते फेर आओ छड्डी दे नहीं पैर मिल जे तरक्की फेर छड्डी दे नहीं पैर लाओ सामने खेड ग्राउंड दे विच जिहड़े पैर छड्ड दिंदे आ ਉਹ ਕੋਈ ਬਹੁਤਾ ਸਮਾਂ ਆਉ ਮਿੰਦਰਾ ਟਿਕਦੇ ਨਹੀਂ ਇਹ ਗੱਲ ਜਿਹੜੀ ਪੱਕੀ ਆ ਲਓ ਸਾਹਮਣੇ ਇੱਧਰ ਵਾਵੇ ਨੌਜਵਾਨ ਕਾਲਾ ਵੀ ਮੁੰਡਾ ਪੂਰਾ ਫਿੱਟ ਹੈ ਭਾਈ ਅਜੇ ਕਾਲੇ ਦੀ ਖੇਡ ਵਧੀਆ ਲੱਗਦੀ ਆ ਇੱਕ ਤਾੜੀ ਯਾਰ ਕਾਲੇ ਦੇ ਲਈ ਵੀ ਮਾਰੋ ਮੁੰਡੇ ਲਈ ਉੱਧਰ ਢਾਬਾ ਸਵਾਦ ਖੇਡ ਦੇ ਮੈਦਾਨ ਦੇ ਵਿੱਚ ਵੱਜਿਆ ਪਿਆ ਮੇਰੀ ਬੇਨਤੀ ਆ थोड़ा थोड़ा वीर बन के जेडे कुर्सियां दे नेड़े बैठे ना मेरे पोलां दे कोल थोड़ा थोड़ा पछाण कर लो कुर्सियां बहुत बहुत धन्यवाद थोड़ा तुसी मेहमान हो और थोड़े करके या सारा कुछ पर वीर बन के फाइनल मैच का कोई रौला रप्पा ना पै जावे बहुत बहुत धन्यवाद जिन्नी भी संगत आसे पासे बैठी है सारी रब रूपी संगत आपां देण नहीं दे सकदे भी छड्ड कम कार खेडां देखण दी आउंदे आ खिडारियों के हौसले लिए ताड़ियां भजाउंदे आ ते लैण मैचां दे नज़ारे में कोई बैठ खड़ के ते बोले वालीवाल दा जनून भी हुण लोकां दे आओ सिर चढ़ के उधर सुमन खत्री जी सुमित खत्री जी ओ कहंदे ने विजे बहादुरगढ़ी यार रवि शेरू दे गुंडां ते बाल खड़ी करदा सही 500 दे वड्डे मान कीते जाणगे आओ सामने इधर ग्राउंड दे विच बड़ा सोहना मैच चल रहा है आओ गल्लां बातां वड्डियां ने बहादुरगढ़िया बहादुरगढ़िया बल्ले स्वाद आओ स्कोर 4 2 अपने 4 रवि 2 शेरू खेड दे ग्राउंड दे विच टक्कर वड्डिया नौजवाना भी होण मनसूबे नेक बंदा की नहीं कर सकदा ओए ढाबा वाला ढाबा वाला ढाबा वाला फेटा भाई यार जे फाइनल मैच दी शुरुआत चंगी लगी है ता वीर बन के जोरदार ताड़ी मार के दोनों टीमों के लिए बड़ा तगड़ा मुकाबला है इधरले पासे दुनिया आओ कहते मेरे मित्रों हाले तक दाजे नहीं पाउंदी है और हाले तक किसी नूं भेत नहीं आया भी बहादुरगढ़िए रवि दियां बालां दी कितनी फोर्स हुंदी है ते दूजे पासे जिहड़ा खिलाड़ी खेड रहा मेरे मित्रों ਜਿਹੜੀ ਟੀ ਸ਼ਰਟ ਤੇ ਫਾਜ਼ਿਲ ਕਾ ਲਿਖਾਈ ਬੈਠਾ ਹੈ ਤਿੰਨ ਚਾਰ ਸਕੋਰ ਹੋ ਗਏ ਵੀਰੇ ਤਿੰਨ ਚਾਰ ਇੱਕ ਵੱਡਾ ਮੰਨ ਲੈ ਪਹਿਲੀਆਂ ਦੇ ਵਿੱਚ ਮੰਗ ਹੁੰਦੀ ਮੁੰਡੇ ਦੀ ਹੈ ਇਹ ਵੀ ਮੁੰਡੇ ਦਾ ਤੋੜ ਨਹੀਂ ਲੱਭਿਆ ਉਹ ਦੋਨੋਂ ਖਿਡਾਰੀ ਤਗੜੇ ਨੇ ਟੱਕਰ ਵੱਡੀ ਹੈ ਵੀ ਟੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਦੇਖੂ ਗੁੱਲ ਜਮਾਨਾ ਆਓ ਕੱਪ ਹੋਈ ਉਹ ਜਿੱਤ ਕੇ ਜਿਨ੍ਹਾਂ ਦੇ ਟੌਲਿਆ ਗੁੱਟਾ ਪੱਟਾ ਬਾਹਾਂ ਦੇ ਵਿੱਚ ਜਾਣਾ ਉਧਰ ਅਰਸ਼ ਸ਼ਰਮਾ ਘਨੌਰ ਵਾਲਾ ਸਾਡਾ ਵੀਰ ਕਹਿੰਦਾ ਵੀ ਜੇ ਬਹਾਦੁਰਗੜੀ ਆ ਰਵੀ ਸ਼ੇਰੂ ਦੇ 10 ਨੰਬਰਾਂ ਤੋਂ ਥੱਲੇ ਨੰਬਰ ਰੱਖਦਾ ਤੇ ਇੱਕ ਟੌਪ ਦੀ ਸਮਾਰਟ ਵਾਚ ਦੇ ਨਾਲ ਮੁੰਡੇ ਦਾ ਸਨਮਾਨ ਕੀਤਾ ਜਾਣਾ ਨੌਜਵਾਨਾਂ ਆਓ ਗੱਲਾਂ ਹੋਣਗੀਆਂ ਮੇਰੇ ਮਿੱਤਰੋ ਉਧਰ ਵੀ ਗੱਲਾਂ ਬਾਤਾਂ ਵੱਡੀਆਂ ਨੇ ਚੰਡੀਗੜ੍ਹੀਏ ਭਰਾ ਕਹਿੰਦੇ ਆ ਵੀ ਜੇ ਸ਼ੇਰੂ ਮੈਚ ਜਿੱਤ ਜਾਵੇ ਤੇ ਸ਼ੇਰੂ ਦੀ ਪਾਰਟੀ ਕਰਨੀ ਆ ਨੌਜਵਾਨਾਂ ਆਪਾਂ ਚੰਡੀਗੜ੍ਹ ਦੇ ਵਿੱਚ ਬਾਲ ਫੇਰ ਆਊਟ ਹੈ ਵਾਹ ਵੀਰੇ ਲੱਗਦਾ ਹੋਇਆ ਚੋਰ ਵੀ ਚੋਰ ਤੇ ਜਵਾਨੀ ਹੁੰਦੇ ਉਮਰਾਂ ਦਾ ਖੇਡ ਬਈ ਇਹਦੇ ਵਿੱਚ ਹੁੰਦਾ ਯਾਰ ਤਿੰਨ ਸ਼ੇਰੂ 4 ਰਵੀ ਵੀ ਸਾਨਾ ਦੀਆਂ ਟੱਕਰਾਂ ਜੇ ਵੇਖਣੀਆਂ ਬਹਿ ਜੋ ਲੋਕੋ ਲੈਣ ਛੱਡ ਕੇ ਸਾਨਾ ਦੀਆਂ ਟੱਕਰਾਂ ਜੇ ਦੇਖਣੀਆਂ ਤੇ ਬਹਿ ਜੋ ਲੋਕੋ ਲੈਣ ਛੱਡ ਕੇ ਲੈ ਵੀ 53 ਟੀਮਾਂ ਆਪਣੇ ਕੋਲੇ ਐਂਟਰ ਹੋਈਆਂ ਸੀਗੀਆਂ ਸਾਰੀਆਂ ਉਹਨਾਂ 53 ਟੀਮਾਂ ਦੇ ਵਿੱਚੋਂ ਆਹ ਟੀਮਾਂ ਨੇ ਬਾਕੀ ਸਭ ਟੀਮਾਂ ਨੂੰ ਹਰਾ ਕੇ ਘਰ ਦਾ ਰਸਤਾ ਤੇ ਹੁਣ ਮੇਰੇ ਮਿੱਤਰੋ ਫਾਈਨਲ ਦੇ ਵਿੱਚ ਜਿਹੜੀ ਜਗ੍ਹਾ ਬਣਾਈ ਹੋਈ ਹੈ ਇੱਕ ਪਾਸੇ ਬਾਰੇਗਾ ਦੀ ਟੀਮ ਬਿਲਕੁਲ ਪਾਕਿਸਤਾਨ ਦੇ ਕਹਿੰਦੇ ਬਾਰਡਰ ਤੇ ਵਸਿਆ ਹੋਇਆ ਪਿੰਡ ਹੈ ਜਦੋਂ ਇਹਨਾਂ ਦੇ ਪਿੰਡ ਵੱਲੇ ਜਾਈਦਾ ਹੈ ਤੇ ਇਹਨਾਂ ਦੇ ਘਰ ਦੀਆਂ ਛੱਤਾਂ ਤੇ ਚੜ ਜਾਈਏ ਤੇ ਪਾਕਿਸਤਾਨ ਦੇ ਲੋਕੀ ਹੈ ਤੁਰਦੇ ਫਿਰਦੇ ਨਜ਼ਰ ਆਉਂਦੇ ਆ ਇਹ ਕਹਿੰਦੇ ਬਿਲਕੁਲ ਲਾਸਟ ਪਿੰਡ ਹੈ ਪੰਜਾਬ ਦਾ ਆਓ ਬਾਰੇਗਾ ਵਾਲਾ ਕਰਦੀ ਟਰਾਈ ਕਰਦਾ ਪਰ ਸਫਲ ਨਹੀਂ ਹੋ ਸਕਿਆ ਵੀ ਰੰਗਤ ਮਹਿਕ ਨਫਾਸਤ ਉਹਦੇ ਫੁੱਲਾਂ ਦੀ ਐਸੀ ਤੈਸੀ ਕਰ ਦਿੰਦੀ ਆ ਫੁੱਲਾਂ ਦੀ ਤੇ ਸਾਰੀ ਉਮਰ ਹੀ ਸਜ਼ਾ ਭੁਗਤਣੀ ਪੈਂਦੀ ਆ ਅਕਸਰ ਵਕਤ ਤੋਂ ਪਹਿਲਾਂ ਹੋਈਆਂ ਭੁੱਲਾਂ ਦੀ ਹੈ ਤੇ ਮੈਂ ਪੱਥਰ ਦੀ ਬੇੜੀ ਲੈ ਕੇ ਤੁਰਿਆ ਵਾਂ ਮੈਨੂੰ ਕੀ ਪਰਵਾਹ ਹੈ ਛੱਲਾਂ ਛੁੱਲਾਂ ਦੀ ਹੈ ਮੈਂ ਪੱਥਰ ਦੀ ਬੇੜੀ ਲੈ ਕੇ ਤੁਰਿਆ ਵਾਂ
मैनू की परवाह है छलना छुलना भी है। फाइनल मैच कल सोने वीर पॉइंट दसी किन्ने किन्ने ने पांच परले पासे है जी दलप्रीत गिल कनेडा क्लब की टीम ने चार इधरले पासे पांच ते चार स्कोर हो गए जी पांच चार बोलूंगा पांच शेरू चार रवि इधर पांच ते चार दी जड़ी टक्कर खेड ग्राउंड दे विच खेडी जा रही है हुण केड़े पांच शेरू चार रवि सर्व चेंज करानी है ਇਹ ਤੇ ਸਮੇਂ ਨੇ ਤੈਅ ਕਰ ਦੇਣਾ ਮੇਰੇ ਮਿੱਤਰੋ ਖੇਡਦੇ ਗਰਾਊਂਡ ਦੇ ਅੰਦਰ ਵੀ ਨਾ ਵਕਤ ਰੁਕਿਆ ਰੁਕਦਾ ਏ ਨਾ ਛੁੱਟ ਚੱਲੇ ਤਕਦੀਰਾਂ ਤੇ ਭੁੱਲੀਆਂ ਯਾਦਾਂ ਚੇਤੇ ਆਉਣਗੀਆਂ ਜਦ ਨਜ਼ਰ ਪੈਣੀ ਤਸਵੀਰਾਂ ਤੇ ਇਹ ਗੱਲ ਜਿਹੜੀ ਸੱਚਾ ਨਜ਼ਰ ਨਾ ਜਦੋਂ ਬੰਦਾ ਆਪਣੀ ਜਵਾਨੀ ਦੌਰ ਦੇ ਵਿੱਚੋਂ ਲੰਘ ਜਾਂਦਾ ਤੇ ਬਾਅਦ ਦੇ ਵਿੱਚ ਉਹ ਯਾਦ ਕਰਦਾ ਵੀ ਅਸੀਂ ਇੱਥੇ ਖੇਡੇ ਆਹ ਬਾਬੇ ਨਾਨਕ ਦੀ ਕਿਰਪਾ ਹੋਈ ਆਹ ਮੇਲਾ ਪਿੰਡ ਅਸੀਂ ਜਿੱਤੇ ਆ ਇਹ ਮੇਰੇ ਮਿੱਤਰ ਯਾਦਾਂ ਬਣ ਕੇ ਰਹਿ ਜਾਂਦੀਆਂ ਨੇ ਲਓ ਸਾਹਮਣੇ ਸਰਵਿਸ ਕਰਨ ਦੇ ਲਈ ਗੱਭਰੂ ਗਰਾਊਂਡ ਦੇ ਵਿੱਚ ਤਿਆਰ ਬਰ ਤਿਆਰ ਹੈ ਕੈਂਡੀ ਆਸਟ੍ਰੇਲੀਆ ਯਾਦ ਕਰਨ ਲਈ ਸਭ ਕੇਂਦੂ ਤਸਵੀਰ ਫਾਈਨਲ ਬਿਲਕੁਲ ਜੀ ਲਓ ਸਾਹਮਣੇ ਦੇਖ ਰਹੇ ਹੋ ਯਾਦਾਂ ਮੈਚ ਬੜਾ ਚੋਟੀ ਦਾ ਆਹ ਨੰਬਰ ਮੁੰਡੇ ਜੋੜ ਰਹੇ ਆ ਛੇ ਤੇ ਚਾਰ ਦੀ ਟੱਕਰ ਹੈ ਖੇਡਦੇ ਗਰਾਊਂਡ ਦੇ ਵਿੱਚ ਪਰ ਇਹਨੂੰ ਦੁਨੀਆ ਮੱਖਣ ਕਹਿੰਦੀ ਹੈ ਦੋਨੋਂ ਟੀਮਾਂ ਦਾ ਆਓ ਬੇਖੰਡਾ ਹੋ ਜਾਣਾ ਵੀ ਮੁੜਕੋ ਮੁੜਕੀ ਹੋ ਗਿਆ ਕਠੋਰ ਚੋਬਰਾ ਦਾ ਚੜੀ ਜਵਾਨੀ ਕਰਮ ਖੂਨ ਲਲਕਾਰੇ ਤਾਂ ਵੱਜਦੇ ਔਰ ਰਾਜੇ ਖੇਲੇ ਮਰਦ ਮਦਾਨੋਂ ਡਰ ਕੇ ਨਹੀਂ ਭੱਜਦੇ ਹੈ ਰਾਜੇ ਖੇਲੇ ਮਰਦ ਮਦਾਨੋਂ ਡਰ ਕੇ ਨਹੀਂ ਭੱਜਦੇ ਮਰਦਾਂ ਦੀ ਖੇਡ ਆ ਦਲੇਰਾਂ ਦੀ ਖੇਡ ਹੈ ਢਾਬਾ ਵਾਲੇ ਸ਼ੇਰੂ ਨੇ ਅਗਲੀ ਸਰਬ ਜਿਹੜੀ ਕਰ ਦਿੱਤੀ ਹੈ ਫਾਈਨਲ ਮੈਚ ਹੈ ਔਰ ਇਹ ਕਹਿੰਦੇ ਟੂਰਨਾਮੈਂਟ ਨੇ ਯਾਦਾਂ ਛੱਡ ਜਾਣੀਆਂ ਹੈ ਕਿਸੇ ਨੇ ਕਹਿਣਾ ਬਹਾਦਰਗੜ੍ਹ ਦੇ ਰਵੀ ਦੀ ਖੇਡ ਬੜੀ ਤਕੜੀ ਲੱਗੀ ਹੈ ਔਰ ਕਿਸੇ ਨੂੰ ਢਾਬਾ ਵਾਲੇ ਸ਼ੇਰੂ ਦਾ ਅੰਦਾਜ਼ ਬੜਾ ਚੰਗਾ ਲੱਗਣਾ ਉਹ ਆ ਗਿਆ ਫੇਰ ਬੱਲੇ ਤੇ ਕੁਝ ਨਾ ਕੁਝ ਕਰਕੇ ਜਾਂਦਾ ਜ਼ਰੂਰ ਹੈ ਬਹਾਦਰਗੜ੍ਹ ਵਾਲਿਆ ਉਹ ਤਕੜਾ ਰਹੀ ਹੈ ਉਹ ਮੁੰਡੇ ਦੀ ਅੱਖ ਅੱਜ ਪਹਿਲੇ ਨੰਬਰ ਦੀ ਟਰਾਫੀ ਤੇ ਲੱਗਦੀ ਹੈ ਮੈਨੂੰ ਉਹ ਹੋ ਜਾ ਤਕੜਾ ਸੋਹਣਾ ਵੀਰਾ ਤੇਰੀ ਵੀ ਦੁਨੀਆ ਦਬਾਉਂਦੀਆਂ ਟੀਮਾਂ ਜਿਹੜੀਆਂ ਦੋਨੋਂ ਚੋਟੀ ਦੀਆਂ ਨੇ ਵੀ ਮੂਰਖਾਂ ਦਾ ਕੰਮ ਗੱਲ ਕਿਸੇ ਦੀ ਨਾ ਮੰਨਣੀ ਹੈ ਤੇ ਸਿਆਣੇ ਬੰਦੇ ਪਹਿਲਾਂ ਗੱਲ ਸੋਚਦੇ ਵਿਚਾਰਦੇ ਉਹ ਕੰਮ ਮੂਰਖਾਂ ਦਾ ਗੱਲ ਗੱਲ ਉੱਤੇ ਹੱਸਣਾ ਤੇ ਮਰਦ ਗੁਲਾਮ ਕਦੇ ਬਣਦੇ ਨੀ ਨਾਰਦੇ ਹੈ ਹੱਥੀ ਲਾਈ ਅੱਗ ਛੇਤੀ ਬੁੱਝਦੀ ਨਾ ਸੁੱਖੀ ਲੋਪੋ ਤੇ ਬਣ ਕੇ ਭਾਂਬੜ ਪੈਂਦੀ ਮੱਚ ਲੋਪੋ ਵਾਲਿਆ ਮਿਹਨਤ ਨਾ ਗੁੱਝੀ ਰਹਿੰਦੀ ਬੋਲਦੀ ਗਰਾਊਂਡਾਂ ਵਿੱਚ ਕਦੇ ਨਾ ਲੁਕਾਇਆ ਲੋਪੇ ਸੱਚ ਲੋਪੋ ਵਾਲਿਆ ਮਿਹਨਤ ਨਾ ਗੁੱਝੀ ਰਹਿੰਦੀ ਬੋਲਦੀ ਗਰਾਊਂਡਾਂ ਵਿੱਚ ਕਦੇ ਨਾ ਲੁਕਾਇਆ ਲੁਕੇ ਸੱਚ ਲੋਪੋ ਵਾਲਿਆ ਇਹ ਗੱਲ ਵੀ ਸੱਚ ਹੈ ਵੀ ਮੈਚ ਹਲੇ ਹੋਰ ਵੀ ਬਹੁਤ ਲੰਬਾ ਤੇ ਬੜਾ ਤਕੜਾ ਖੇਡਿਆ ਜਾਣਾ ਹੈ ਇੱਧਰ ਟਾਈਮ ਆਊਟ ਦੀ ਮੰਗ ਹੋਈ ਹੈ ਲੈ ਵੀ ਨੰਬਰ ਕਾਲੇ ਸੱਤ ਤੇ ਚਾਰ ਦੀ ਖੇਡ ਹੈ ਜੀ ਅੱਠ ਸੱਤ ਚਾਰ ਨਹੀਂ 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 ਵਨ ਸੈਵਨ अजीम भाई जस्से से हार गया था जी ਲੈ ਵੀ ਚਾਰ ਸੱਤ ਆ ਨਾ ਪੁਆਇੰਟ ਆਪਣਾ ਚਾਰ ਤੇ ਸੱਤ ਹੈ ਜੀ ਚਾਰ ਤੇ ਸੱਤ ਹੈ ਤਿੰਨ ਪੁਆਇੰਟਾਂ ਦਾ ਫਰਕ ਹੈ ਨੈੱਟ ਨੈਣ ਵੀ ਦੋਨੋਂ ਟੀਮਾਂ ਦੇ ਕਮਾਲ ਦੇ ਨੇ ਨੈੱਟ ਤੇ ਜਿਹੜਾ ਉੱਚੇ ਲੰਬੇ ਕੱਦ ਵਾਲਾ ਖਰਾਰੀ ਖੇਡਦਾ ਟਾਊ ਖੇਡਦਾ ਹੈ ਕਹਿੰਦੇ ਘਾਉਂਦੇ ਹੈ ਅਟੈਕਰਾਂ ਦੀ ਹੈ ਬਾਲਾ ਚ ਉਮਰ ਬਲੌਕ ਮਾਰਨ ਦਾ ਜਿਗਰਾ ਰੱਖਦਾ ਹੈ ਔਰ ਦੇਖਾਂਗੇ ਹੁਣ ਕਿਹੜਾ ਨੈੱਟਮੈਨ ਵਧੀਆ ਖੇਡੇਗਾ ਜਿਹਦੇ ਸਕੇ ਟੂਰਨਾਮੈਂਟ 'ਚ ਬੈਸਟ ਸ਼ੂਟਰ ਹੈ ਔਰ ਬੈਸਟ ਨੈੱਟਮੈਨ ਦੇ ਲਈ ਵੱਡੇ ਸਰਪ੍ਰਾਈਜ਼ ਜਿਹੜੇ ਵੀਰਾਂ ਵੱਲੋਂ ਰੱਖੇ ਹੋਏ ਨੇ ਚਾਰ ਤੇ ਸੱਤ ਦੀ ਟੱਕਰ ਹੈ ਨੰਬਰ ਪੰਜਵਾਂ ਜੋੜਨ ਦੇ ਲਈ ਉਹ ਮੁੰਡੇ ਕਹਿੰਦੇ ਖੇਡਦੇ ਮੈਦਾਨ ਵਿੱਚ ਤਿਆਰ ਬਰ ਤਿਆਰ ਨੇ ਚੋਟੀ ਦਾ ਮੁਕਾਬਲਾ ਹੈ ਵੀ ਬਿਨਾਂ ਗੱਲੋਂ ਕਾਰਜੇ ਦਾ ਟੱਪਣਾ
ਹੁੰਦੀ ਆ ਨਿਸ਼ਾਨੀ ਵੇਰੇ ਹਾਰਦੀ ਹੈ ਤੇ ਕਦੇ ਨਾ ਡੰਡਾ ਸਾ ਜਾਨ ਬਖਸ਼ੇ ਤੇ ਕਦੇ ਨੀ ਗਲੇਲ ਯਾਰੋ ਬੰਦਾ ਮਾਰਦੀ ਹੈ ਹੱਥ ਨੂੰ ਵੀ ਪੈਂਦਾ ਯਾਰੋ ਢੁੱਡਣਾ ਸ਼ੇਅਰ ਜ਼ਰੂਰ ਕਰੋ ਸਾਰੇ ਭਰਾਵੇ ਸ਼ੇਅਰ ਕਰੋ ਜੀ ਬਹੁਤ ਤਕੜਾ ਮੈਚ ਆ ਰਿਹਾ ਇੱਥੇ ਮਿਲਦੀ ਸਲਾਮੀ ਹੁਣ ਬੰਦੇ ਖੜੇ ਨੂੰ ਬੈਠਿਆਂ ਨੂੰ ਦੁਨੀਆ ਨਹੀਂ ਪੂਜਦੀ ਹੈ ਇੱਥੇ ਮਿਲਦੀ ਸਲਾਮੀ ਹੁਣ ਬੰਦੇ ਖੜੇ ਨੂੰ ਲੈ ਵੀ ਬਹਾਦਰਗੜ੍ਹ ਵਾਲਿਆ ਆ ਲੋਕਾਂ ਦੀ ਬਾਲਾਂ ਲਾ ਸਕਦਾ ਹੈ ਪੰਜ ਤੇ ਸੱਤ ਦਾ ਮੁਕਾਬਲਾ ਹੈ ਦੋ ਪੁਆਇੰਟਾਂ ਦਾ ਫਰਕ ਹੈ ਜੈਨਟ ਸਿੰਘ ਵਾਲੇ ਪਿੰਡ ਤੋਂ ਗੁਰਲਾਲ ਆਇਆ ਹੋਇਆ ਬੋਲਾਂ ਦੀ ਸਾਂਝ ਪਾਉਣ ਲਈ ਗੁਰਲਾਲ ਕਰੀ ਗੱਲ ਜੌਂਟੀ ਵੀ ਉੱਠ ਕੇ ਆ ਗਿਆ ਹੁੰਦੇ ਪੰਜ ਤੇ ਸੱਤ ਦੀ ਜਿਹੜੀ ਖੇਡ ਆ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਨੌਜਵਾਨਾਂ ਪੰਜ ਨੰਬਰ ਆ ਹਰ ਰਾਏਪੁਰ ਵਾਲੇ ਮੁੰਡਿਆਂ ਦੇ ਬੜੀ ਚੜ੍ਹਾਈ ਹੈ ਤਿੰਨ ਕੋਣੀ ਦੇ ਲਾਗੇ ਕਰਕੇ ਵਸਿਆ ਪਿੰਡ ਇਹਨਾਂ ਮੁੰਡਿਆਂ ਦਾ ਗੋਨਿਆਣੇ ਦਾ ਇਲਾਕਾ ਖੇਡ ਮੈਦਾਨ ਦੇ ਵਿੱਚ ਪਰ ਆਪ ਕਹਿਰੀ ਕਰੀ ਸਾਹਮਣੇ ਕਮਾਲ ਕਰਦੀ ਹੈ ਬੜਾ ਚੋਟੀ ਦਾ ਪੁਆਇੰਟ ਮੁੰਡੇ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਇਹ ਵੀ ਪੁਆਇੰਟ ਲੱਗ ਗਿਆ ਇੱਧਰ ਕਾਲੇ ਛੇ ਹੋ ਗਏ ਨਾ ਹਾਂਜੀ ਛੇ ਤੇ ਸੱਤ ਦੀ ਟੱਕਰ ਹੈ ਜੀ ਗਰਾਊਂਡ ਦੇ ਵਿੱਚ ਛੇ ਨੰਬਰ ਹਰ ਰਾਏਪੁਰ ਵਾਲੇ ਮੁੰਡਿਆਂ ਦੇ ਔਰ ਸੱਤ ਨੰਬਰ ਇੱਧਰ ਵਾਰੇਕੇ ਦੀ ਟੀਮ ਦੇ ਇੱਕ ਟੌਪ ਦਾ ਮੈਚ ਜਿਹੜਾ ਗਰਾਊਂਡ ਦੇ ਵਿੱਚ ਆਓ ਖੇਡਿਆ ਜਾ ਰਿਹਾ ਦੇਖ ਨੌਜਵਾਨ ਲਓ ਸਾਹਮਣੇ ਇੱਧਰ ਰਵੀ ਪੂਰਾ ਫਿੱਟ ਆ ਮੁੰਡਾ ਸ਼ੇਰੂ ਦੀ ਖੇਡ ਵਧੀਆ ਲੱਗਦੀ ਹੈ ਇੱਕ ਤਾੜੀ ਤਾਂ ਮਾਰੋ ਯਾਰ ਨੌਜਵਾਨ ਦੇ ਲਈ ਵਾਹ ਬਈ ਵਾਹ ਅੱਜ ਦੇ ਸਟੇਟ ਟੂਰਨਾਮੈਂਟ ਨੂੰ ਦੇਖਣ ਦੇ ਲਈ ਵੱਡੀਆਂ ਵੱਡੀਆਂ ਸ਼ਖਸੀਅਤਾਂ ਪੁੱਜੀਆਂ ਹੋਈਆਂ ਨੇ ਇੱਧਰ ਮੋਦੀ ਵੀ ਆਇਆ ਬੈਠਾ ਆਪਣੇ ਕੋਲ ਮੈਚ ਦੇਖਣ ਮੋਦੀ ਅੱਜ ਦੇ ਕਹਿੰਦੇ ਰੌਣਕ ਵੱਡੀ ਲੱਗੀ ਹੋਈ ਹੈ ਉਧਰ ਸਾਹਮਣੇ ਸ਼ੇਰ ਹੀ ਟੱਕਰ ਹੈ ਪਾਰੇ ਕਹਿੰਦਾ ਦੇ ਕਾਸ ਅਗਲੀ ਸਰਵਿਸ ਕਰਨ ਦੇ ਲਈ ਤਿਆਰ ਬਰ ਤਿਆਰ ਹੈ ਮੇਰੇ ਮਿੱਤਰੋ ਸੱਤ ਤੋਂ ਅੱਠ ਹੋਣਗੇ ਜਾਂ ਫਿਰ ਸਰਵਿਸ ਚੇਂਜ ਹੋਵੇਗੀ ਇਹਦੇ ਬਾਤਾਂ ਜਿਹੜੀਆਂ ਸਮੇਂ ਦੀਆਂ ਹੋਣਗੀਆਂ ਤੇ ਨਾ ਭਲਵਾਨ ਕੋਈ ਆਖਰ ਵੱਡਿਆਂ ਵੱਡਿਆਂ ਦੀ ਕੰਡ ਲਾ ਦਿੰਦਾ ਹਿੰਮਤ ਕਰਕੇ ਦੇਖ ਲਾ ਅੱਗੇ ਵਧਣ ਲਈ ਕੌਣ ਕਿਸੇ ਨੂੰ ਰਾਹ ਦਿੰਦਾ ਬਾਕੀ ਦੁੱਖ ਤੇ ਸਾਰੇ ਹੱਸ ਕੇ ਜਰ ਜਾਈਏ ਆਹ ਬੇਬੀ ਨੂੰ ਇੱਕ ਤੇਰਾ ਦੁੱਖ ਰਵਾ ਜਾਂਦਾ ਸਮੇਂ ਜਿਹਾ ਭਲਵਾਨ ਤੇ ਨਾ ਭਲਵਾਨ ਕੋਈ ਆਖਰ ਵੱਡਿਆਂ ਵੱਡਿਆਂ ਦੀ ਕੰਡ ਲਾ ਦਿੰਦਾ ਛੇ ਤੇ ਸੱਤ ਦੀ ਟੱਕਰ ਹੈ ਉਹ ਮੁੰਡਿਆਂ ਨੂੰ ਕਹਿੰਦੇ ਤਰੇੜੀਆਂ ਮੱਥੇ ਤੋਂ ਲੈ ਕੇ ਤੇ ਗਿੱਟਿਆਂ ਖਾਣੀਆਂ ਆ ਰਹੀਆਂ ਮੇਰੇ ਮਿੱਤਰ ਜ਼ੋਰ ਬੜਾ ਲੱਗ ਰਿਹਾ ਓਏ ਭਾਦਰਗੜੀਆ 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 ਬੱਲੇ ਬੱਲੇ ਯਾਰ ਰਵੀ ਲਈ ਤਾੜੀ ਮਾਰ ਦੋ ਬੜਾ ਓਏ ਚੋਟੀ ਦਾ ਖਿਡਾਰੀ ਅੰਕਲ ਨੰਬਰ ਜੋੜ ਕੇ ਹੀ ਟੇਡਾ ਕਰਦਾ ਜਿਹੜਾ ਚੋਟੀ ਦਾ ਬਾਰੇਕਿਆਂ ਵਾਲੇ ਕਹਿੰਦੇ ਕਰਦੀ ਨੇ ਕਮਾਲ ਕਰ ਦਿੱਤੀ ਹੈ ਖੇਡ ਦੇ ਮੈਦਾਨ 'ਚ ਬੱਲਾ ਬੱਲਾ ਹੋ ਗਈ ਹੈ ਗੁਰਲਾਲ ਕਰ ਗੱਲ ਸੁਣਿਆ ਵੀਰਾ ਉਹ ਤੇਰੀ ਆਵਾਜ਼ ਮਾਖਿਓ ਮਿੱਠੀ ਹੈ ਠੀਕ ਹੈ ਠੀਕ ਹੈ ਅੰਕਲ ਚੱਲ ਬੋਲ ਕੁਛ ਮੇਰਾ ਲਓ ਫਾਈਨਲ ਮੈਚ ਆ ਜੀ ਸੰਘਰਾਣੇ ਦੀ ਧਰਤੀ ਹੈ ਔਰ ਜਿੰਨੇ ਵੀ ਲਾਈਵ ਵਾਲੇ ਵੀਰ ਪਹੁੰਚੇ ਸਾਊਂਡ ਵਾਲਾ ਵੀਰ ਸਾਡੇ ਗਰਾਊਂਡ ਜਿਹੜੇ ਭਰਾ ਨੇ ਰੈਡੀ ਕੀਤੇ ਬਡੂਹੇ ਵਾਲੇ ਵੀਰ ਦਾ ਸਾਰੀ ਸੰਗਤ ਆ ਅੱਜ ਦੇ ਸਖੇ ਟੂਰਨਾਮੈਂਟ ਦੇ ਲਈ ਬੱਚੇ ਬੱਚੇ ਦਾ ਸਹਿਯੋਗ ਰਿਹਾ ਸਾਰਿਆਂ ਭਰਾਵਾਂ ਦੇ ਆਪਾਂ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਜਿਹੜੇ ਸਾਰੇ ਭਰਾਵਾਂ ਨੇ ਰਾਈਡ ਕਰਦੇ ਆ ਪਤਾ ਵੇਟ ਵੀਰੇ ਨੂੰ ਸਫਲ ਬਣਾਇਆ ਲਓ ਸਾਹਮਣੇ ਟੱਕਰ ਜਿਹੜੀ ਵੰਡੀ ਹੈ ਦੋਨੋਂ ਟੀਮਾਂ ਚੋਟੀ ਦੀਆਂ ਨੇ ਇੱਕ ਪਾਸੇ ਮੁੰਡੇ ਕਹਿੰਦੇ ਬਠਿੰਡੇ ਵਾਲੇ ਆ ਔਰ ਇੱਕ ਪਾਸੇ ਜਿਹੜੇ ਫਾਜ਼ਿਲਕਾ ਦੀ ਟੀਮ ਹੈ ਔਰ ਕਹਿੰਦੇ ਬਾਰਡਰ ਤੋਂ ਆਈ ਹੋਈ ਟੀਮ ਵੀ ਪੱਠਿਆਂ ਚੋਂ ਦਾਤੀ ਗੁੰਮਣ ਦਾ ਸਾਡੇ ਘਰ ਵਿੱਚ ਪੈ ਜੇ ਸੋਗ ਜਿਹਾ ਤੇ ਬਿਜਲੀ ਦੇ ਬਿੱਲ ਆਵਣ ਦਾ ਸਾਨੂੰ ਭੈ ਮਰਗਾਂ ਦੇ ਭੋਗ ਜਿਹਾ ਤੇ ਸਾਡੇ ਸਦਾ ਸੁਹਾਗਣ ਨਹੀਂ ਵਸਦੀ ਸਾਡੇ ਚੂੜੇ ਜਾਂਦੇ ਖਿੰਡ ਕੁੜੇ ਮੇਰਾ ਸਤਲੁਜ ਲਾਗੇ ਟਿੱਬਿਆਂ ਦੇ ਵਿੱਚ ਛੋਟਾ ਜਿਹਾ ਇੱਕ ਪਿੰਡ ਕੁੜੇ ਮੇਰਾ ਸਤਲੁਜ ਲਾਗੇ ਟਿੱਬਿਆਂ ਦੇ ਵਿੱਚ ਛੋਟਾ ਜਿਹਾ ਇੱਕ ਪਿੰਡ ਕੁੜੇ ਪਰ ਆਹ ਮੁੰਡੇ ਕਹਿੰਦੇ ਬਾਰਡਰ ਦੇ ਪਿੰਡਾਂ ਦੇ ਆ ਤਾੜੀ ਮਾਰ ਦੋ ਯਾਰ ਜ਼ੋਰਦਾਰ ਆਹ ਕਹਿੰਦੇ ਕਮਾਲ ਦੀਆਂ ਬਾਲਾਂ ਚੋਬਰ ਪੌੜੀ ਤੁਰੇ ਆਉਂਦੇ ਆ ਡਿਫੈਂਸਰ ਵੀ ਕਹਿੰਦੇ ਸਿਰੇ ਦੇ ਨੇ ਦੇ ਵਿੱਚ ਚੱਟਦੇ ਆ ਤੇ ਨੈਟਮੈਨਾਂ ਦੀਆਂ ਤੇ ਆ ਲਓ ਸਾਹਮਣੇ ਖੇਡ ਗਰਾਊਂਡ ਦੇ ਵਿੱਚ ਇੱਕ ਵਾਰੀ ਯਾਰ
ਤੁਹਾਨੂੰ ਨੈਟ ਮੈਨਾਂ ਦੇ ਲਈ ਵੀ ਤਾੜੀ ਮਾਰੋ ਯਾਰ, ਦੇਖੋ ਇਹਨਾਂ ਦੀ ਕਿੰਨੀ ਮਿਹਨਤ ਹੈ। ਸਕੋਰ ਕਿੰਨਾ? ਸਕੋਰ ਬਾਤਾਂ ਵੱਡੀਆਂ ਨੇ, ਕੀ ਸਕੋਰ ਹੈ ਜੀ ਇੱਕ ਵਾਰੀ ਦੱਸਿਓ। ਮੈਨੂੰ ਲੱਗਦਾ ਵੀ ਬਰਾਬਰੀ ਤੇ ਕੰਮ ਚੱਲਾ ਗਿਆ। ਸਕੋਰ ਕਿੰਨੇ ਹੋ ਗਏ ਅਮਨ? ਅਮਨ ਸੱਤ ਬਰਾਬਰ ਸਕੋਰ ਆ ਜੀ, ਸੱਤ ਬਰਾਬਰ ਪਰ ਲਓ, ਸੱਤ ਬਰਾਬਰੀ ਤੇ ਜਿਹੜਾ ਮੈਚ ਖੇਡਿਆ ਸੱਤ ਬਰਾਬਰ ਸੁਪਰ ਫਾਈਨਲ ਮੈਚ ਬੜੀ ਵਧੀਆ ਰਵੀ ਤੇ ਸ਼ੇਰੂ ਦੀ ਟੱਕਰ ਖੇਡਦੇ ਰਾਏਪੁਰ ਤੇ ਬਾਰੇਗਾ ਦੀ ਟੱਕਰ। ਧੰਨਵਾਦ ਮੈਂ ਤੇ ਕਰਦਾ ਦੋਨੋਂ ਪਾਣੀ ਵਾਲੇ ਵੀਰਾਂ ਦਾ ਦਿਲੋਂ ਧੰਨਵਾਦ। ਕੱਲ ਦੇ ਆਇਆ ਭਰਾ ਸਾਡੇ ਤੇ ਇੱਕ ਮਿੰਟ ਵੀ ਵੀਰ ਜਿਹੜੇ ਟੇਕੇ ਨਹੀਂ ਬੈਠੇ। ਇੱਕ ਵਾਰੀ ਯਾਰ ਦੋਨੋਂ ਪਾਣੀ ਵਾਲੇ ਵੀਰਾਂ ਦੇ ਲਈ ਵੀ ਤਾੜੀ ਮਾਰੋ ਭਰਾ ਬਣ ਕੇ, ਬਹੁਤ ਮਿਹਨਤ ਆ ਮੁੰਡਿਆਂ ਦੀ, ਦਿਲੋਂ ਦਵਾਵਾਂ ਭਰਾਵਾਂ ਦੇ ਲਈ। ਲਓ ਸੁਪਨੇ ਇਧਰ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ। ਆਹ ਬੱਲੇ 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 ਲਕੀਰ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ। ਹੁਣ ਥੋੜੇ ਜੇ ਟਾਈਮ ਨੂੰ ਪਤਾ ਲੱਗ ਜਾਣਾ ਵੀ ਸਰੀਰ ਕਿਹੜੇ ਮੁੰਡਿਆਂ ਦਾ ਤਕੜਾ। ਸੱਤ ਬਰਾਬਰ ਫੇਰ ਚੇਂਜ ਆ ਜੀ। ਹਾਂਜੀ ਇਹੀ ਆ ਫਿਰ ਦਿਲਸ਼ਾਦ ਜੀ, ਮੈਂ ਥੋੜਾ ਜਾ ਬੰਦ ਰੱਖਿਆ ਕਰੀਏ, ਬੇਨਤੀ ਹੈ। ਲਓ ਸਾਹਮਣੇ ਇੱਧਰ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਗਰਾਊਂਡ ਦੇ ਵਿੱਚ। ਦਿਲਸ਼ਾਦ ਤਲਵੰਡੀ ਸਾਡੀ ਜ਼ਿੰਦਗੀ ਦਾ ਮਾਣ, ਸਾਡਾ ਵੱਡਾ ਭਰਾ, ਬਹੁਤ 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 ਧੰਨਵਾਦ ਕਰਦੇ ਸਾਡੇ ਵੀਰ ਦਾ। ਔਰ ਪਿਆਰ ਹੈ ਕਹਿੰਦੇ ਚਾਂਗਲੀ ਦੇ ਵਰਿੰਦਰ ਦੇ ਨਾਲ। ਅੱਛਾ ਨਹੀਂ ਜੀ, ਲਓ ਸਾਹਮਣੇ ਮੈਚ ਬੜਾ ਚੋਟੀ ਦਾ ਖੇਡਿਆ ਜਾ ਰਿਹਾ। ਨਵਾਬ ਵੀ ਆਇਆ ਹੋਇਆ ਮਹਿਲ ਖੁਰਦਾਣਾ, ਇਹ ਕਹਿੰਦਾ ਵੀ ਬਹੁਤ ਜਲਦੀ ਆਪਾਂ ਵਾਪਸੀ ਕਰਦੇ ਹਾਂ, ਭਾ ਨਾਨਕ ਸੁੱਖ ਰੱਖੇ। ਬੜੇ ਮਾਣ ਦੀ ਗੱਲ ਹੈ ਮਹਿਲ ਖੁਰਦੇ ਨਵਾਬ ਨੂੰ ਵਾਲੀਬਾਲ ਕੱਚੀ ਦੇ ਵਿੱਚ ਪਹਿਲਾ ਬਰਾਬਰ ਫੇਰ ਚੇਂਜ ਆ ਵੀਰੇ। ਔਰ ਵੀਰ ਕਹਿੰਦਾ ਵੀ ਆਹ ਸੀਜ਼ਨ ਦੇ ਵਿੱਚ ਆਪਾਂ ਅਬੋਹਰ ਤੋਂ ਸ਼ੁਰੂਆਤ ਕਰਾਂਗੇ, ਅਬੋਹਰ ਦੇ ਟੂਰਨਾਮੈਂਟ ਦੇ ਵੀਰ ਸਾਡੇ ਨੇ ਖੇਡ ਮੇਲੇ ਦੀ ਸ਼ੁਰੂਆਤ ਕਰਨੀ ਹੈ। ਕਿੰਨੇ ਵੱਡੇ ਮਾਣ ਵਾਲੀ ਗੱਲ ਹੈ ਵੀ ਜਿੱਥੋਂ ਰਿਕਾਰਡ ਬਣਾਏ ਸ਼ੁਰੂਆਤ ਕਰਾਂਗੇ, ਅਬੋਹਰ ਦਾ ਮੇਲਾ ਵੀ ਹੈ ਉਹ ਯਾਦ ਹੀ ਰਹੂਗਾ। ਔਰ ਜਿੱਥੇ ਹੋਣਗੇ ਕੋਈ ਚੱਕਰ ਨੀ ਵੀਰੇ, ਉਹ ਕਾਪੀ ਤੇ ਲਿਖੀ ਆ ਜੀ ਪਾਣੀ ਵਾਲੀ ਨੇ, ਪਰ ਅੱਜ ਦੇਖਾਂਗੇ ਉਹ ਕਿਹੜਾ ਗੱਭਰੂ ਜ਼ੋਰ ਦੇ ਨਾਲ ਜਿੱਤ ਜਾਵੇਗਾ, ਕਿਹੜੇ ਗੱਭਰੂ ਤਕਨੀਕ ਦੇ ਨਾਲ ਆਖੇ ਪਾਣੀ ਵਾਲੇ ਦੋ ਆ ਸੁਮੇਤ ਖੱਤਰੀ ਦੋ ਜਾਣੇ ਆ ਵੀਰੇ ਨਾਮ ਛੱਡ ਜਾਣਗੇ। ਇਹ ਤੇ ਸੱਚੇ ਪਾਤਸ਼ਾਹ ਪਰਮਾਤਮਾ ਜਾਣਦਾ ਹੈ ਵੀ ਜਿਹੜੇ ਉਹ ਭਾਗਾਂ ਵਾਲੇ ਹੋਣਗੇ ਖਿਡਾਰੀ ਹੈ ਜਿਨ੍ਹਾਂ ਦੇ ਅੱਜ ਲੇਖਾਂ ਦੇ ਵਿੱਚ ਉਹ ਜਿੱਤ ਲਿਖੀ ਹੋਈ ਹੈ ਵੀ ਆ ਗਏ ਵਿੱਚ ਮੈਦਾਨਾਂ ਦੇ ਖਿਡਾਰੀ ਜੀ ਮੱਥਾ ਟੇਕ। ਉਹ ਸ਼ਾਟਾਂ ਤੇ ਸ਼ਾਟਾਂ ਹੀ ਪੈਂਦੀਆਂ, ਸਾਰੀ ਦੁਨੀਆਂ ਰਹੀ ਹੈ ਵੇਖ, ਪਰ ਮੈਚ ਉਹਨੇ ਆਖਰ ਜਿੱਤਣਾ ਵੀ ਜਿਹਦੇ ਜਿੱਤ ਲਿਖੀ ਵਿੱਚ ਲੇਖ, ਮੈਚ ਉਹਨੇ ਆਖਰ ਜਿੱਤਣਾ ਜਿਹਦੇ ਜਿੱਤ ਲਿਖੀ ਵਿੱਚ ਲੇਖ। ਇਹ ਗੱਲ ਜਿਹੜੀ ਪੱਕੀ ਆ ਨੌਜਵਾਨਾਂ, ਕਿਸਮਤ ਬਹੁਤ ਵੱਡੀ ਚੀਜ਼ ਹੈ। ਲਓ ਸਾਹਮਣੇ ਇੰਦਰ ਖੇਡ ਗਰਾਊਂਡ ਦੇ ਵਿੱਚ ਮੈਚ ਜਿਹੜਾ ਬੜਾ ਵਧੀਆ ਖੇਡਿਆ ਜਾ ਰਿਹਾ, ਫਾਈਨਲ ਮੈਚ ਆ ਨੌਜਵਾਨਾਂ। ਲਓ ਸਾਹਮਣੇ ਬਹਾਦਰ ਗੜੀ ਇੱਕ ਹੋਰ ਨੰਬਰ ਜੋੜ ਗਿਆ, ਇੱਕ ਹੋਰ ਗਲਤੀ ਕਰ ਗਿਆ। 9 ਤੇ 9 7 ਤੋਂ ਸਾਈਡਾਂ ਚੱਲ ਜਾਂਦੇ, 9 9 ਰਵੀ 7 ਸ਼ੇਰੂ ਨੌ ਰਵੀ 7 ਸ਼ੇਰੂ ਸੁਪਰ ਫਾਈਨਲ ਮੈਚ ਦਿਲਸ਼ਾਦ ਤਲਵੰਡੀ ਦੇ ਕਹਿੰਦੇ ਚਹੇਤੇ ਵੀ ਲਾਈਵ ਜੁੜੇ ਹੋਏ ਆ, ਫੈਨ ਫੋਲੋਇੰਗ ਆ ਭਰਾ ਸਾਡੇ ਨੇ ਮਿਹਨਤ ਔਰ ਦਵਾਵਾਂ ਨੇ ਵੀਰ ਦੇ ਲਈ। ਮੈਂ ਅਕਸਰ ਗੱਲ ਕਰਦਾ ਉਹਨਾਂ ਦੀ, ਇਹਨਾਂ ਨੇ ਰਾਹ ਬਣਾਇਆ ਤੇ ਅਸੀਂ ਇਹਨਾਂ ਦੇ ਰਾਹ ਤੇ ਤੁਰ ਰਹੇ ਹਾਂ। ਬਹੁਤ ਬਹੁਤ ਧੰਨਵਾਦ ਮੈਂ ਤੇ ਵੀਰ ਦਾ ਕਰਦਾ, ਸਾਡੀ ਸਤਿਕਾਰਯੋਗ ਵੀਰ ਦਾ। ਓਕੇ ਓਕੇ ਸੁਮਿਤ ਖੱਤਰੀ, ਪਾਣੀ ਵਾਲੇ ਵੀਰਾਂ ਨੂੰ 100 100 ਭੇਜਿਆ ਸੁਮਿਤ ਖੱਤਰੀ ਵੱਲੋਂ। ਉਧਰ ਸੁਮਿਤ ਖੱਤਰੀ ਭਰਾ ਸਾਡਾ, ਤੁਹਾਨੂੰ ਪਾਣੀ ਵਾਲੇ ਵੀਰਾਂ ਦੇ ਲਈ ਜਿਹੜੇ 100 100 ਦੇ ਵੱਡੇ ਮਾਣ ਪੁੱਜਦੇ ਕੀਤੇ, ਦਿਲੋਂ ਧੰਨਵਾਦ ਮੈਂ ਤੇ ਕਰਦਾ ਸਾਡੇ 9 ਰਵੀ 7 ਸ਼ੇਰੂ ਵੀਰੇ। ਪਾਣੀ ਵਾਲੇ ਵੀਰਾਂ ਦਾ ਆਪਾਂ ਕਰਦੀਏ ਵੀਰੇ ਸਾਈਡਾਂ ਤੇ ਇਹਦਾ 9 7 ਤੋਂ ਜੀ, ਮੇਰੀ ਬੇਨਤੀ ਹੈ ਸਾਡੇ ਵੀਰਾਂ ਨੂੰ। ਦੇਖੋ 70 80 ਕਿਲੋਮੀਟਰ ਕੋਈ ਥੋੜੀ ਬਾਟ ਨਹੀਂ ਹੁੰਦੀ, ਬਹੁਤ ਦੂਰ ਪੈ ਜਾਂਦਾ, ਬੜੀ ਦੂਰੀ ਤੈਅ ਕਰਕੇ ਆਏ ਆ ਅੱਜ ਆਪਣੇ ਭਰਾ। ਮੇਰੀ ਬੇਨਤੀ ਹੈ ਵੀ ਆਪਾਂ ਇਹਨਾਂ ਪਾਣੀ ਵਾਲੇ ਵੀਰਾਂ ਦਾ ਵੀ ਵੱਧ ਵੱਧ ਮਾਣ ਸਨਮਾਨ ਕਰ ਦਈਏ। ਇੱਧਰ ਮੈਚ ਬੜਾ ਚੋਟੀ ਦਾ ਗਰਾਊਂਡ ਦੇ ਵਿੱਚ ਉਹ ਸ਼ੁਰੂ ਹੋ ਚੁੱਕਿਆ, ਦੇਖ ਰਿਹਾ ਹੋ ਜਾਣਾ, ਬਾਕੀ ਗੱਲਾਂ ਬਾਤਾਂ ਵੱਡੀਆਂ ਹੋਣਗੀਆਂ ਵੀ ਨਵੀਂ ਨਵੀਂ ਮੁਟਿਆਰ ਮਾਹੀ ਤੋਂ ਸੰਗਦੀ ਹੁੰਦੀ ਆ, ਆਓ ਤੁੜਕਾ ਤੁੜਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ, ਬਾਲੇ ਤੱਤੇ ਤਵੇ ਤੇ ਰੋਟੀ ਆਓ ਸੜਦੀ ਹੁੰਦੀ ਆ, ਇਹ ਤੁੜਕਾ ਤੁੜਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ। ਲਓ ਸਾਹਮਣੇ ਉਧਰ ਮੈਚ ਬੜਾ ਚੋਟੀ ਦਾ, ਨਾਲ ਹੀ ਉਹਦੇ ਕਰਨ ਵਾਲੇ ਵੀਰ ਸਾਡੇ ਕਹਿ ਰਿਹਾ ਵੀ ਰਵੀ ਤੇ ਮੱਖਣ ਜੇਕਰ ਮੈਚ ਜਿੱਤਿਆ
ते दोनों वीरां दा सन्मान जिहड़ा 5-500 दी नगद राशि नाल कीता जाएगा उहदे करन वाले भी यारां दे यार है ते सटारा लई सटार है पावन दे पुत्र धरती है इतिहास सिरजा जा रहा है इधर पासे है जिन्ने देवी देवते हुण दे सारे उमरां ने जानते हाँ इस दुनिया नू शेयर भी जरूर करया करो रे मोहताज तेरा तू भी ओले करके बचा है नहीं वेच के जाते खार बा असी किड्डे देखना शुक्रे हाँ और तेनू छड्या दिलो पासे जग्गा खेड़ रहा है ते नाला मुंडे नू दुनिया काला काला कह के आवाजा मार दी है और जग्गे दे बाल बहादुरगढ़ दे रवि ने ला दी है दुनिया का महान खिलाड़ी है बहुत वड्डी मेहनत करके कहते दुनिया का एक कहते चहेता बन गया है रवि ने अगली सरबजेड़ी कर दी है मेरे मित्रों भी तीन शाटा लौंगे दो डिफेंस पाउंदे है ते नेट तो स्मैश वजे सारी चाहते है फिर नाम देने की कमेटी सदूगी हुण गल मित्रों आओ टकाने लगोगी जिनी रब रूपी साध संगत विराजमान चलत हुए इस ग्राउंड मैचा का आनंद माण रही है सारी साध संगत का आओ दिलो धन्नवाद बेनती करना लै मखणा नंबर से जोड़ भी रहा और नंबर जे तू जोड़े ना गल फेर बननी है हौसला बहुत वड्डी चीज हुंदी है भी हौसले ना जितिए मैदान सोणिया कहिंदा गोनिया ने पिंड दा मान सोणिया 10 7 करोड़ां विच वखरी पछाण होंदी आओ खालसे दलेर दी जंगलां दे पैंदे आ कानून सिखरे 10 7 सेरू दी नहीं पैण कदे आओ भुखे शेर दी है लाबी वीरे नंबर दसी है आ भी कहिंदे बब्बर शेरां दी टक्करी है बहुत चोटी दा मैच खेडा जा रहा है संतां महापुरशां दी बड़ी है वड्डी कृपा है धन धन बाबा दाल जागिया बड़ा वड्डा आशीर्वाद है आओ कहिंदे पिंड दे नंबर 10 मां जुड़ गया मेरे मित्रों मैं कहना 11 नहीं हो गया जदलो करिए प्यार ते ओनू कदे धोखे विच नहीं रखीदा सज्जना दी देख वीडियो कदे पिट पिछे नहीं हसीदा 10 होया मेरे 10 होया जी 10 7 हुण होया 10 मेरे पै जांदा ते जे रब 10 7 जी उधरों गर्मी भी कहती तेरा देना की है ते मुंडे खेडी तेरे आंदे कहते असि तेथो लैणा दी की है फायर फैक्टर फ्री फायर लिखा आया गेम जी नहीं हैगी फ्री फायर ओके ओके दिलप्रीत वीरे 10 7 ही आ बिल्कुल जी 10 रवि 7 शेरू ओके ओके जी अज बटाका रामकोट जी वालों 100 100 दोने पानी वाले वीरां दे अज बटाका रामकोट जी हेलो उधर अज बटाका जी रामकोट वाले दूजे खालसे तो मसले दो जी 500 खुला मेनू पता करो गे हल तुसी लो जी 100 दा तुहाडा अज बटाका रामकोट वालों ठीक
ਹਾਂਜੀ ਹਾਂਜੀ ਫਾਈਨਲ ਆ ਫਾਈਨਲ ਵੀਰੇ ਖਾਲਸਾ ਜੀ 100 ਰੁਪਿਆ ਹੋਰ ਵਾਪਸ ਕਰ ਦੋ ਜੀ ਅੱਜ ਉਹ ਢਾਕਾ ਰਾਮਕੋਟ ਜੀ ਨੇ ਭੇਜਿਆ ਤੁਹਾਡਾ 100 ਰੁਪਿਆ ਚੱਕਰ ਵੀਰੇ ਬਾਲ ਨੀ ਦਿਖਦੀ ਇਹਨੂੰ ਸੂਰਜ ਲੱਗਣ ਲੱਗ ਗਿਆ ਮਾੜੀ ਮੋਟੀ ਆਹੀ ਚੱਕਰ ਹੈ ਚੱਲੂਗਾ ਮੈਚ ਵਾਟਰ ਬ੍ਰੇਕ ਆ ਵੀਰੇ ਸੁਪਰ ਫਾਈਨਲ ਮੈਚ ਆ ਜੀ ਸੁਪਰ ਫਾਈਨਲ ਦਸ ਰਵੀ 7 ਸ਼ੇਰੂ ਦੇ ਵੀਰੇ ਸਕੋਰ ਅਪਡੇਟ ਵੱਧ ਵੱਜੇ ਤਿੰਨ ਪੌਣੇ ਤਿੰਨ ਘੰਟੇ ਦਾ ਪੌਣੇ ਤਿੰਨ ਘੰਟੇ ਦਾ ਹਾਂਜੀ ਖਾਲਸਾ ਜੀ ਪੈ ਦੋ ਜੀ ਹਾਂਜੀ ਹਾਂਜੀ ਜੌਂਟੀ ਕੋਲ ਹੀ ਬੈਠਾ ਬਿਲਕੁਲ ਜੀ ਸਕੋਰ 10 ਰਵੀ 7 ਸ਼ੇਰੂ ਜੌਂਟੀ ਦਾ ਸੈੱਟ ਆ ਜੱਗੇ ਜੌਂਟੀ ਦੀ ਫਰਮਾਇਸ਼ ਤੈਨੂੰ ਹੁਣ ਦੱਸਤੀ ਮੈਂ ਤੂੰ ਫਿਰ ਕਹੇਗਾ ਵੀ ਜੱਗਾ ਦਾਨੇ ਕੀ ਹੋ ਗਿਆ ਉਧਰਲੇ ਗਰਾਊਂਡ 'ਚ ਚੱਲੂ ਕੰਮ ਲਓ ਜੀ ਵੀਰੇ ਇੱਥੋਂ ਜਿਹੜੀਆਂ ਸੂਰਜ ਪੈਣ ਲੱਗ ਗਿਆ ਜੀ ਦੂਜੀ ਟੀਮ ਦਾ ਉਹ ਪਰਲੇ ਗਰਾਊਂਡ 'ਚ ਮੈਚ ਹੋਊਗਾ ਉੱਧਰ ਸੂਰਜ ਨਹੀਂ ਲੱਗਦਾ ਅਸੀਂ ਕਰ ਦਿਆਂਗੇ ਖੜ ਕੇ ਹੁਣ ਨਾ ਟੇਬਲ ਲਿਆ ਮੈਚ ਗਰਾਊਂਡ 'ਚ ਲੱਗਣਾ ਬਾਈ ਉੱਥੇ ਟੇਬਲ ਦੀ ਲੋੜ ਹੀ ਨਹੀਂ ਆ ਲਾਲਾ ਲਾਲਾ ਕਰਾ ਦਿਆਂਗੇ ਖੜ ਕੇ ਹੀ ਅਮਰੀਕਾ ਤੇਰੀ ਗਲਤੀ ਆ ਇਹ ਆ ਅਮਰੀਕਾ ਬਾਈ ਬਟੂਹਾਲਾ ਗਰਾਊਂਡ ਤਿਆਰ ਕਰ ਦਿੰਦਾ ਦੀ ਗਲਤੀ ਆ ਸੂਰਜ ਨੂੰ ਦੇਖ ਕੇ ਗਰਾਊਂਡ ਤਿਆਰ ਕਰਿਆ ਕਰ ਤੂੰ ਯਾਰ ਪੱਲੀ ਪਾਇਆ ਕਰ ਉੱਥੇ ਜਾ ਪੈਦੇ ਦਾ ਇੰਨੇ ਲਾਏ ਹੋਣੇ ਇੱਥੇ ਇੱਥੇ ਹੀ ਪੈਂਦਾ ਲਾ ਉੱਥੇ ਪੱਲੀ ਲਾਇਆ ਕਰ ਸੂਰਜ ਕੋਲੇ ਤੇਰੀ ਜ਼ਿੰਮੇਵਾਰੀ ਆ ਹੋਰ ਯਾਰ ਚਲੋ ਬਈ ਚਲੋ ਉੱਥੇ ਚਲੋ ਬਈ ਸੂਰਜ ਸਿੱਧਾ ਪੈਂਦਾ ਮੇਰੇ ਵਰਗਾ ਹੁੰਦਾ ਕੋਈ ਨੀ ਰਵੀ ਮੰਨ ਗਿਆ ਸਰ ਗਰਾਊਂਡ ਬਦਲ ਨੂੰ ਮੈਂ ਨੀ ਸੀ ਮੰਨਦਾ ਨਹੀਂ ਨਹੀਂ ਵਧੀਆ ਵਧੀਆ ਇਹਦਾ ਸਪੋਰਟਸਮੈਨਸ਼ਿਪ ਆ ਯਾਰ ਰਵੀ ਦੀ ਇਹਦਾ ਆਪਾਂ ਪਹਿਲਾਂ ਤੁਸੀਂ ਤਾਰੀਫ ਕਰਦੇ ਹੁੰਦੇ ਹਨਾ ਵੀ ਰਵੀ ਜਿੰਨੀ ਸਪੋਰਟਸਮੈਨਸ਼ਿਪ ਯਾਰ ਕਿਸੇ ਪਲੇਅਰ 'ਚ ਹੈ ਨੀ ਲੀਡ ਆ ਜਿਵੇਂ ਬੰਦੇ ਦੀ ਕੋਈ ਨੀ ਯਾਰ ਗਰਾਊਂਡ ਛੱਡਦਾ ਹੁੰਦਾ ਨਾ ਗਰਾਊਂਡ ਹੀ ਬਦਲਿਆ ਦੇਖ ਲਓ ਬੰਦੇ ਨੇ ਯਾਰ ਕਿੰਨੀ ਸਪੋਰਟਸਮੈਨਸ਼ਿਪ ਦੇਖਿਓ ਵੀਰੇ ਮਾੜਾ ਜਿਹਾ ਮੈਨੂੰ ਲੰਘ ਜਾਣ ਦਿਓ ਜੀ ਬਜ਼ੁਰਗੋ ਦੇਖਿਓ ਪੁੱਤਰੀ ਲਾ ਦੇ ਗੇਟ ਲਾ ਦੇ ਕਰਾਂ ਬਾਈ ਕੁੰਡੀ ਲਾ ਦੇ ਇਹਨੂੰ ਚੱਕ ਕੇ ਢੱਕਣ ਦੇ ਦੋ ਖੂੰਜੇ ਚ ਕਰਕੇ ਬਈ ਇਹਨੂੰ ਸਾਈਡ ਹੀ ਕਰ ਦੋ ਖੂੰਜੇ ਚ ਰੱਖ ਦੋ ਬਿਲਕੁਲ ਬਿਲਕੁਲ ਰਵੀ ਤਾਂ ਰਵੀ ਵੀ ਆ ਸਹੀ ਆ ਗੱਲ ਵੀਰੇ ਸਕੋਰ ਹੈਗਾ ਜੀ ਰਵੀ 10-7 ਸ਼ੇਰੂ ਮਣੀ ਆ ਟੇਬਲ ਤੇ ਰੱਖ
ਜਗਪ੍ਰੀਤ ਵੀਰੇ ਥੋੜਾ ਜਿਹਾ ਨਾ ਸੂਰਜ ਪੈਣ ਲੱਗ ਗਿਆ, ਬਾਲ ਕਹਿੰਦੇ ਦਿਖਣੋਂ ਹਟ ਗਈ। ਉਹ ਰਵੀ ਨੂੰ ਸ਼ੇਰੂ ਨੇ ਕਹਿ ਤਾ, ਰਵੀ ਨੇ ਜਦੇ ਗਰਾਊਂਡ ਚੇਂਜ ਹੋ ਗਿਆ ਬਾਈ, ਕਹਿਣ ਦਾ ਮਤਲਬ ਸਪੋਰਟਸਮੈਨਸ਼ਿਪ ਰਵੀ ਦੀ ਗਰਾਊਂਡ ਚੇਂਜ ਹੋ ਗਿਆ। ਕਹਿੰਦਾ ਸੂਰਜ ਸਿੱਧਾ ਲੱਗਣ ਲੱਗ ਗਿਆ ਸੀ ਵੀਰੇ। ਰਵੀ ਦੇ 10 ਸਕੋਰ ਹੈ, 7 ਸਕੋਰ ਸ਼ੇਰੂ ਦੇ ਆ ਜੀ। ਛੋਟੂ ਮਾਜਰਾ ਨਹੀਂ ਆਇਆ ਜੀ। ਇੱਥੇ ਚੋਇਸ ਰਵੀ ਦੀ ਆਉਣੀ ਆ ਵੀ ਰਵੀ ਨੇ ਕਿਹੜਾ ਛੱਡ ਲੈਣੀ ਆ, ਕਿਉਂਕਿ ਉੱਧਰੋਂ ਗਰਾਊਂਡ ਫੇਵਰ 'ਚ ਸੀਗਾ ਰਵੀ ਦੇ। ਆਪਣੇ ਬਾਲ ਨਾ ਵੱਜ ਜੇ ਮੂਹਰੇ ਇੱਥੇ ਸਾਈਡ ਜੀ ਤੇ ਬੜੀ ਆ। ਪੁਆਇੰਟ ਵੀਰੇ ਰਵੀ 10, ਸ਼ੇਰੂ 7 ਆ ਜੀ। ਜੱਸਾ ਲੂਜ ਕਰ ਗਿਆ ਸੈਮੀਫਾਈਨਲ ਮੈਚ ਸ਼ੇਰੂ ਨੂੰ ਜੀ। ਨੈੱਟ ਦੀ ਹਾਈਟ ਹਾਂ ਥੋੜ੍ਹੀ ਜਿਹੀ ਹੈਗੀ ਆ ਜ਼ਿਆਦਾ ਇਹ ਨੈੱਟ 'ਤੇ ਵੀਰੇ, ਕੋਈ ਸ਼ੱਕ ਨਹੀਂ ਜੀ ਇਹ ਗੱਲ ਦੀ। ਚਲਾਓ ਮੈਚ ਰੈਫਰੀ ਸਾਹਿਬ, ਕੁਰਸੀ ਤਾਂ ਲੋਟ ਆ ਗੇਟ ਨੀ ਟੂਰਨਾਮੈਂਟ ਅੱਜ ਘਨੌਰ ਆ ਘਨੌਰ ਵੀਰੇ। ਦੇਖੀ ਕਿਵੇਂ ਦੇਖਦੇ ਲੋਕ 10 ਰਵੀ 7 ਸ਼ੇਰੂ। ਦਸ ਰਵੀ 7 ਸ਼ੇਰੂ ਵੀਰੇ। ਜੌਂਟੀ ਆ ਦੱਸਾਂਗੇ ਕਿਹੜੀ ਟੀਮ 'ਚ ਖੇਡੂ ਅੱਜ ਵੀਰੇ, ਦੱਸਾਂਗੇ ਜੀ। ਜੌਂਟੀ ਗਾਮੇ ਲਓ ਜੀ, 11ਵਾਂ ਜੁੜ ਗਿਆ ਰਵੀ ਦੇ ਸੇ, 11-7 ਹੋ ਗਏ ਜੀ। ਵੀਰੇ ਨਹੀਂ ਵੀਰੇ ਮੈਂ ਪੀਂਦਾ ਨੀ, ਬੰਦ ਆ ਮੇਰੀ 2 ਸਾਲ ਹੋ ਗਏ। ਓਕੇ ਓਕੇ ਜੀ, ਅੱਜ ਪਟਾਕਾ ਰਾਮਕੋਟ ਜੀ ਗਰਲਾਲ, ਰਵੀ ਜਿੱਤੇ 500, ਅੱਜ ਪਟਾਕਾ ਰਾਮਕੋਟ ਜੀ। ਬਿਲਕੁਲ ਜੀ, ਆਹ ਪੱਟੀ ਦਾ ਚਾਹੀਦੀ ਆ ਰਵੀ ਨੂੰ। ਹਾਂਜੀ ਹਾਂਜੀ, ਵਿਸ਼ੇਸ਼ ਸਿੱਧੂ ਜੀ ਵੀਰੇ, ਕਈ ਵਾਰ ਧਿਆਨ ਉਹਰਾ ਭਰਾ ਹੁੰਦਾ। ਵਿਸ਼ੇਸ਼ ਸਿੱਧੂ ਕੀ ਵਾਲਾ ਆਸਟ੍ਰੇਲੀਆ ਵੀਰੇ, ਵਿਸ਼ੇਸ਼ ਸਿੱਧੂ ਆਸਟ੍ਰੇਲੀਆ ਲਾਈਵ ਆ ਬਾਈ, ਵਿਸ਼ੇਸ਼ ਸਿੱਧੂ ਆਸਟ੍ਰੇਲੀਆ। ਓਏ ਮੇਰੇ ਹਿਸਾਬ ਨਾਲ ਕਿੰਨੇ ਹੋ ਗਏ, 13-7 ਹੋ ਗਏ ਵੀਰੇ। ਵਿਸ਼ੇਸ਼ ਸਿੱਧੂ ਆਸਟ੍ਰੇਲੀਆ ਕੋਟ ਭਾਈ ਪਿੰਡ ਹੈ। ਜੱਸਾ ਹਰ ਗਿਆ ਸ਼ੇਰੂ ਨੂੰ ਵੀਰੇ। ਰਵੀ ਹਰਰਾਏਪੁਰ ਚ ਵੀਰੇ, ਹਰਰਾਏਪੁਰ ਚ ਜੀ ਰਵੀ ਦੇ 13-7। ਅੱਛਾ ਵਟਸਐਪ ਚੈੱਕ ਕਰਾਉ, ਮੇਰਾ ਦੂਜਾ ਫੋਨ ਹੋਏ, ਮੈਂ ਕਹਿੰਦਾ ਉਹ ਉੱਥੇ ਰੱਖਿਆ, ਮੈਂ ਕੁਰਸੀ 'ਤੇ ਪਿਆ ਹੋਊ ਯਾਰ। ਮਣੀ ਮਾਰੀ ਭੱਜ ਕੇ, ਜਾਈ ਭੱਜ ਕੇ ਪੁੱਤ ਇਹਦੇ ਕੋਲ, ਛੇਤੀ ਕਰੀ ਜ਼ਰੂਰੀ ਆਇਆ ਹੋਣਾ। ਕਿੱਥੋਂ ਮਿਲਿਆ ਇਹ ਕੁਰਸੀ ਦੇ ਫੋਨ ਪਿਆ ਵਰਿੰਦਰ ਦਾ, ਦੇਖੀ ਕੋਈ ਲੱਭ ਗਿਆ, ਲੱਭ ਗਿਆ, ਆਹ ਚੱਕ ਲਿਆ, ਆਹ ਚੱਕ ਲਿਆ ਮਣੀ, ਮੈਂ ਤਾਂ ਐਂ ਭੁੱਲ ਆਉਣਾ ਨਾ ਯਾਰ। ਪਾਣੀ ਵਾਲਿਆਂ ਲਈ 500 ਕਰਦੇ ਵਿਸ਼ੇਸ਼ ਸਿੱਧੂ ਆਸਟ੍ਰੇਲੀਆ ਤੇ ਸਰਬੀਆ ਆਸਟ੍ਰੇਲੀਆ ਵੱਲੋਂ। ਓਕੇ ਓਕੇ ਵਿਸ਼ੇਸ਼ ਵੀਰੇ, ਹੁਣੀ ਬੋਲ ਦਿੰਦੇ ਆ ਜੀ। ਗਰਲਾਲ
ਪਾਣੀ ਵਾਲੇ ਵੀਰਾਂ ਲਈ ਵਿਸ਼ੇਸ਼ ਸਿੱਧੂ ਆਸਟ੍ਰੇਲੀਆ ਤੇ ਸਰਬੀ ਬੱਲੂਆਂ ਆਸਟ੍ਰੇਲੀਆ ਵੱਲੋਂ 500 ਦੋਨੇ ਪਾਣੀਆਂ ਸਰਬੀ ਬੱਲੂਆਂ ਆਸਟ੍ਰੇਲੀਆ 500 13-7 ਸਕੋਰ ਰਵੀ 13-7 ਸ਼ੇਰੂ ਆ ਪਾਣੀ ਵਾਲੇ ਵੀਰ ਲੈ ਜਾਣ ਪੈਸੇ ਬਈ ਲੱਗਦੇ ਵੀ ਹੋਣਗੇ ਪੱਕੇ ਕਰਕੇ ਪਹਿਲਾਂ ਚੌਦਾਂ ਹੋ ਗਏ ਮੇਰੇ ਹਿਸਾਬ ਨਾਲ ਰਵੀ ਦੇ ਵੀਰੇ ਬੋਲ ਤਾਂ ਪਾਣੀ ਪਾਣੀ ਵਾਲੇ ਵੀਰ ਪੈਸੇ ਲੈ 14 ਓਏ ਭਾਦਰਗੜੀਆ ਫੈਕਟਾ ਭਾਦਰਗੜੀਆ ਪੂਰਾ 15ਵਾਂ ਨੰਬਰ ਜੋੜਦਾ ਰਾਏਪੁਰ ਦਾ ਹੀ ਚੱਲੀ ਜਾਂਦਾ ਫਾਈਨਲ ਵੀਰੇ ਕਰਨ ਗਿੱਲ ਲਓ ਜੀ ਨੱਥੋ ਵਾਲੇ ਪ੍ਰਧਾਨ ਲਈ ਵਿਸ਼ੇਸ਼ ਸਿੱਧੂ ਆਸਟ੍ਰੇਲੀਆ ਤੇ ਸਰਬੀ ਬੱਲੂਆਂ ਆਸਟ੍ਰੇਲੀਆ ਵੱਲੋਂ ਲੰਘਿਆ ਨਹੀਂ ਆ ਬਾਬਾ ਕਿੱਧਰ ਨੂੰ ਲੰਘਿਆ ਅੱਛਾ ਅੱਛਾ ਕੋਈ ਨਹੀਂ ਦੇ ਦਿੰਦੇ ਲਓ ਜੀ ਬਾਬਾ ਜੀ ਇਹ ਆ ਸਰਬੀ ਬੱਲੂਆਂ ਆਸਟ੍ਰੇਲੀਆ ਤੇ ਵਿਸ਼ੇਸ਼ ਸਿੱਧੂ ਆਸਟ੍ਰੇਲੀਆ ਦੀ ਧੰਨਵਾਦ ਵਿਸ਼ੇਸ਼ ਸਿੱਧੂ ਆਸਟ੍ਰੇਲੀਆ ਦੇ ਸਰਬੀ ਬੱਲੂਆਂ ਆਸਟ੍ਰੇਲੀਆ ਵੱਡੇ ਮਾਣ ਭੇਜਣ ਲਈ ਫਾਈਨਲ ਮੈਚ ਬਿਲਕੁਲ ਫਾਈਨਲ ਮੈਚ ਛੇਤੀ ਬੰਦ ਕਰੀ ਇਹਨੂੰ ਕਾਪੀਰਾਈਟ ਆਉਂਦਾ ਰੰਗ ਟੂੰ ਦਾ ਕਿੰਨਾ ਰੱਖਣਾ ਪੈਂਦਾ 8 ਵਜੇ ਨੂੰ ਹੋ ਗਏ ਬਾਕੀ ਬ੍ਰੇਨ ਬਾਸ ਹੋ ਜਾਂਦਾ ਜਮਾ ਬਾਈ ਕਹਿੰਦਾ ਵਿਕਾਸ ਨੂੰ ਕੀ ਹੋ ਗਿਆ ਪੁੱਛਦੇ ਆਪਾਂ ਵਿਕਾਸ ਦੀ ਇੰਟਰਵਿਊ ਲੈਂਦੇ ਹਾਂ ਵੀ ਕੀ ਹੋ ਗਿਆ ਵੀਰੇ ਵੇਟ ਆ ਹੋ ਗਿਆ
ਆ ਹੋ ਗਿਆ ਰਵੀ ਉਧਰੋਂ ਥੌੜੇ ਮਾਰਦਾ ਪੂਰੇ ਬਈ ਲਾਸਟ ਪੁਆਇੰਟ ਆ ਗਿਆ ਰਵੀ ਦਾ ਅੱਜ ਪਟਾਕੇ ਰਾਮ ਗਰਲਾਲ ਅੱਜ ਪਟਾਕਾ ਰਾਮਕੋਟ ਦਾ ਜੇ ਰਵੀ ਜਿੱਤ ਗਿਆ 500 ਆਪਣੇ ਕੋਲ ਹੋਰ ਫਿਰ ਕੀ ਦੱਸੀ ਉਹਨੂੰ ਵਗਾ ਲੂ ਕੀ ਹੋਇਆ ਆ ਹੋ ਗਿਆ ਬੱਲੇ ਬੱਲੇ ਹੋ ਜਾਓ ਪਾਸੇ ਓਏ ਓਏ ਢਾਬਾ ਵਾਲਾ ਤਗੜੀ ਬਾਲ ਆ ਗਿਆ ਸ਼ੇਰੂ ਤਗੜੀ ਬਾਲ ਮਾਰ ਗਿਆ ਬੈਸਟ ਹੈਗਾ ਬੈਸਟ ਨੂੰ ਕੁਛ ਹੈਗਾ ਅੱਜ ਬੈਸਟ ਨੂੰ ਕੱਪ ਨੇ ਵੀਰੇ ਉਹ ਵੀ ਦੱਸਾਂਗੇ ਬੈਸਟ ਕਿਹੜੇ ਪਲੇਅਰ ਰਹਿਣਗੇ ਬੈਸਟ ਨੂੰ ਕੱਪ ਆ ਜੀ ਸੂਟਰ ਦਾ ਮੇਰੇ ਹਿਸਾਬ ਨਾਲ ਕਲੀਅਰ ਹੀ ਦੇ ਹਨਾ ਕਮੇਟੀ ਦੱਸ ਦੇਣੀ ਆਪਾਂ ਹੁਣ ਦੁੱਧ ਮਾਰਦੇ ਹੁਣ ਜੰਪ ਲੈਂਦਾ ਕੁਛ ਨਹੀਂ ਹੋਇਆ ਜਦੋਂ ਬਾੜ ਬਾਜੀ ਉਦੋਂ ਹੁੰਦਾ ਅੱਜ ਘਨੌਰ ਆ ਟੂਰਨਾਮੈਂਟ ਘਨੌਰ ਵੀਰੇ ਪੁਆਇੰਟ ਵੀਰੇ ਮੇਰੇ ਹਿਸਾਬ ਨਾਲ 8-15 ਜੀ 8-16 8 ਸ਼ੇਰੂ 16 ਰਵੀ ਦਿਲਪ੍ਰੀਤ ਗਿੱਲ ਕੈਨੇਡਾ ਕਲੱਬ 12 ਘੰਟੀ ਕੈਮਰੇ ਸਾਹਮਣੇ ਸ਼ੇਰੂ ਢਾਬਾ ਖੇਡਦਾ 8 ਸਕੋਰ ਆ ਜੀ ਦੂਜੇ ਪਾਸੇ ਹਰਰਾਏਪੁਰ ਦੀ ਟੀਮ ਆ ਰਵੀ ਭਾਦਰਗੜ੍ਹ ਖੇਡਦਾ 16 ਸਕੋਰ ਆ 17 ਦੀ ਗੇਮ ਆ ਜੀ ਸਾਦਾ ਨੈੱਟ 'ਤੇ ਬਾਹਲੀ ਪੱਟੀ ਟੁੱਟਦੀ ਆ ਚੌੜੀ ਇਹਦੇ ਚੌੜੀ ਪੱਟੀ ਇਹ ਕਿਹੜਾ ਨੈੱਟ ਆ ਇਹ ਵੀ ਚੌਂਟੀ ਨੂੰ ਪੁੱਛ ਕੇ ਦੱਸੀ ਕਿਹੜੀ ਟੀਮ 'ਚ ਖੇਡਣਾ ਭਾਈ ਤੇਰੀ ਮੰਗ ਵਾਲੀ ਆ ਬਿਲਕੁਲ ਬਿਲਕੁਲ ਸੁਪਰ ਫਾਈਨਲ ਆ ਘਨੌਰ ਵੀਰੇ ਪੈਸੇ ਤਾਂ 5100 ਆ ਜੀ ਪਰ ਵੱਧ ਕੇ 11000 ਜਾਂ 15000 ਪ੍ਰਾਈਜ਼ ਹੋਣਾ ਇਹ ਗੱਲ ਪੱਕੀ ਆ ਜੀ ਬਾਈ ਯਾਰ ਸਰ ਕਹਿਣਾ ਹੋਈ ਸੀ ਗੱਲ 11000 ਆਊਗਾ ਜਾਂ 15000 ਹੋ ਜਾਣਾ ਬਾਈ ਹੋਰ ਵੀ ਵੱਧ ਸਕਦਾ ਦਵਾਨ ਖੇਡਾ ਹਰ ਗਈ ਸੈਮੀ ਫਾਈਨਲ ਮੈਚ ਬਾਈ ਰਵੀ ਭਾਦਰਗੜ੍ਹ ਤੋਂ ਰਾਏਪੁਰ ਦੀ ਟੀਮ ਤੋਂ ਵਧੀਆ ਵਧੀਆ ਬੱਬੂ ਰੁੜਕੀ ਬਬਲੂ ਰੁੜਕੀ ਵਧੀਆ ਵੀਰੇ ਜੱਸਾ ਹਰ ਗਿਆ ਸੈਮੀਫਾਈਨਲ ਸ਼ੇਰੂ ਨੂੰ ਵੀਰੇ ਮੈਚ ਪੂਰਾ ਤਕੜਾ ਕੋਈ ਸ਼ੱਕ ਨਹੀਂ ਵੀਰੇ
ਓਏ ਬਹਾਦਰ ਗੜੀਆ ਵਿਕਾਸ ਤੇ ਇੱਕ ਹੋਰ ਤਗੜੀ ਬਾਲ ਆ ਗਿਆ ਲਾਸਟ ਪੁਆਇੰਟ ਆ ਰਵੀ ਦਾ ਲਾਸਟ ਵੀਰੇ ਇੱਧਰ 9 ਸਕੋਰ ਆ ਸ਼ੇਰੂ ਦੇ ਜੀ 12 ਕਿੰਨੀ ਟੀਮ ਦੇ ਤੇ 9 ਦੀ ਚੰਗਰ ਦੇ ਵਿੱਚ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਨੰਬਰ ਲਾਸਟ ਆ ਗਿਆ ਬੈਸਟ ਵੀ ਦੱਸਾਂਗੇ ਬਣੇ ਰਹੋ ਵੀਰੇ ਅਜੀਮ ਹਰ ਗਿਆ ਸੀ ਵੀਰੇ ਹਰ ਗਿਆ ਸੀ ਜੱਸੇ ਨੂੰ ਜੀ ਕੁਆਟਰ ਮੈਚ ਹਰ ਗਿਆ ਸੀ ਅਜੀਮ ਤੀਤਰੋ ਲਓ ਜੀ ਵੀਰੇ ਜਿੱਤ ਚੁੱਕਿਆ ਰਵੀ ਬਹਾਦਰਗੜ੍ਹ ਫਸਟ ਰਾਏਪੁਰ ਦੀ ਟੀਮ ਫਸਟ ਆ ਜੀ ਸੈਕਿੰਡ ਦਿਲਪ੍ਰੀਤ ਗਿੱਲ ਕੈਨੇਡਾ ਕਲੱਬ 12 ਕਿੰਨੀ ਟੀਮ ਸ਼ੇਰੂ ਢਾਬਾ ਆਪਾਂ ਰਵੀ ਦਾ 500 ਰਵੀ ਅਜਬ ਢਾਕਾ ਰਾਮਕੋਟ ਜੀ ਦਾ ਜਿਹੜਾ 500 ਭੇਜਿਆ ਸੀ ਆਪਾਂ ਰਵੀ ਨੂੰ ਦੇ ਦਈਏ ਜੀ ਲਓ ਜੀ ਰਵੀ ਅਜਬ ਢਾਕਾ ਰਾਮਕੋਟ ਜੀ ਦਬਾਓ ਪ੍ਰਾਈਜ਼ ਬਾਈ ਕਿੱਧਰ ਦੇਣਾ ਇੱਧਰ ਹੀ ਦੇਣਾ ਪ੍ਰਾਈਜ਼ ਬਾਈ ਚਲੋ ਫਿਰ ਬਾਈ ਚਲੋ 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 ਫਿਰ